ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਪੜੋ ਰਹਿਣੋ ਭਗਵਾਨ ਠੀਕ ਹੈ ਅਤ ਸੁੰਦਰ ਅਤ ਕਿਹਨੂੰ ਕਹਿੰਦੇ ਵਾਲਾ ਅਤ ਕਿਹਨੇ ਨਾਲ ਕੰਮ ਦੀ ਤੂੰ ਅਤ ਕਰ ਦਿੱਤੀ ਹੈ ਹਨਾ ਮਤਲਬ ਕਿ ਜਿੱਥੇ ਕੋਈ ਹੱਦ ਨਾ ਹੋਵੇ ਹੱਦ ਤੋਂ ਬਾਹਰ ਹਨਾ ਅੱਜ ਯਾਰ ਅਤ ਹੀ ਕਰ ਦਿੱਤੀ ਹੈ ਕੰਮ ਦੀ ਕਹਿੰਦੇ ਅਤ ਸੁੰਦਰ ਕਿ ਕੋਈ ਬੰਦਾ ਕੋਈ ਇਨਸਾਨ ਹੱਦ ਤੋਂ ਵੀ ਜ਼ਿਆਦਾ ਸੋਹਣਾ ਹੋਵੇ ਠੀਕ ਹੈ ਸੋਹਣਾ ਸਰੀਰ ਕਰਕੇ ਕਈ ਲੋਕ ਕਹਿੰਦੇ ਨਾ ਮੈਂ ਤਾਂ ਯਾਰ ਬੜਾ ਸੋਹਣਾ ਵਾਂ ਸਾਰੇ ਲੋਕ ਆਹ ਮੇਰੇ ਨਾਲੋਂ ਮਾੜਾ ਆਹ ਮੇਰੇ ਨਾਲੋਂ ਘੱਟ ਸੋਹਣਾ ਸੋਚਦੇ ਨਾ ਕਈ ਲੋਕ ਤੁਸੀਂ ਵੀ ਸੋਚਦੇ ਹੋਵੋਗੇ ਕਹਿੰਦੇ ਹੋਣਾ ਇੱਕ ਦੂਜੇ ਨੂੰ ਮੈਂ ਸੋਹਣਾ ਵਾਂ ਮੈਂ ਸੋਹਣੀ ਆਹ ਮੁੰਡਾ ਨਹੀਂ ਸੋਹਣਾ ਕੁੜੀ ਨਹੀਂ ਸੋਹਣੀ ਕਹਿੰਦੇ ਹੋਣਾ ਗੁਰੂ ਸਾਹਿਬ ਕਹਿੰਦੇ ਕੋਈ ਬੰਦਾ ਬੜਾ ਸੋਹਣਾ ਹੋਵੇ ਰੱਜ ਕੇ ਸੋਹਣਾ ਹੋਵੇ ਕੁਲੀਨ ਕੁਲੀਨ ਹੁੰਦਾ ਕੁੱਲ ਵਾਲਾ ਉੱਚੀ ਕੁੱਲ ਵਾਲਾ ਜਿਵੇਂ ਕਹਿੰਦੇ ਉੱਚੀ ਜਾਤ ਵਾਲਾ ਆਪਣੇ ਬਾਪ ਨੂੰ ਆਪਣੇ ਆਪ ਨੂੰ ਕੋਈ ਬੰਦਾ ਕਹਿੰਦਾ ਨਾ ਬੜੀ ਉੱਚੀ ਜਾਤ ਦਾ ਵਾ ਕਹਿੰਦੇ ਆ ਨਾ ਕਈ ਬੱਚੇ ਇੱਧਰ ਧਿਆਨ ਦਿਓ ਕਈ ਕਹਿੰਦੇ ਨਾ ਮੈਂ ਜੱਟ ਹਾਂ ਨਾ ਖੱਤਰੀ ਹਾਂ ਕਹਿੰਦੇ ਨਾ ਲੋਕ ਅਤੇ ਦੂਜਿਆਂ ਨੂੰ ਕੀ ਕਹਿੰਦੇ ਨੇ ਆਹ ਸ਼ੂਦਰ ਹੈ ਆਹ ਮਰਾਸੀ ਆ ਚੂੜਾ ਆ ਚਮਾਰ ਹੈ ਕਹਿੰਦੇ ਆ ਨਾ ਗੁਰੂ ਸਾਹਿਬ ਕਹਿੰਦੇ ਕੋਈ ਬੰਦਾ ਬੜੀ ਉੱਚੀ ਕੁੱਲ ਦਾ ਵੀ ਹੋਵੇ ਬੜੀ ਉੱਚੀ ਮਤਲਬ ਕਿ ਉਹਦੀ ਬੜੀ ਉੱਚੀ ਜਾਤ ਹੋਵੇ ਠੀਕ ਹੈ ਫਿਰ ਕਹਿੰਦੇ ਚਤੁਰ ਚਤੁਰ ਕਹਿੰਦੇ ਸਿਆਣਾ ਉਹ ਬੜਾ ਸਿਆਣਾ ਹੋਵੇ ਹਰ ਕੰਮ ਦੇ ਵਿੱਚ ਜਿਹੜੇ ਕੰਮ ਨੂੰ ਹੱਥ ਪਾਵੇ ਬੜੀ ਸਮਝ ਦੇ ਨਾਲ ਸਮਝਦਾਰੀ ਦੇ ਨਾਲ ਉਹ ਕੰਮ ਨੂੰ ਪੂਰਾ ਨੇਪਰੇ ਚਾੜ ਦੇ ਚੰਗੀ ਤਰ੍ਹਾਂ ਕਰ ਦੇਵੇ ਉਹ ਬੱਚੇ ਇੱਧਰ ਧਿਆਨ ਦੇ ਬਾਹਰ ਕੀ ਇੱਧਰ ਧਿਆਨ ਦੇ ਬੜਾ ਸਿਆਣਾ ਹੋਵੇ ਹਰ ਕੰਮ ਬੜੇ ਢੰਗ ਨਾਲ ਵਧੀਆ ਤਰੀਕੇ ਨਾਲ ਸਾਰਾ ਕੰਮ ਸਹੀ ਕਰਦਾ ਹੋਵੇ ਬੜਾ ਸਿਆਣਾ ਹੋਵੇ ਦੁਨੀਆਂ ਦੀਆਂ ਸਾਰੀਆਂ ਨੂੰ ਸਿਆਣਪਾਂ ਚਤੁਰਾਈਆਂ ਹੁੰਦੀਆਂ ਹੋਣ ਠੀਕ ਹੈ ਇੱਕ ਇਨਸਾਨ ਦੀ ਗੱਲ ਹੁੰਦੀ ਬਈ ਸਾਰੀ ਮੁੱਖ ਗਿਆਨੀ ਮੂੰਹ ਤੋਂ ਬੜਾ ਗਿਆਨਵਾਨ ਹੋਵੇ ਉਹਨੂੰ ਬੜਾ ਗਿਆਨ ਆਉਂਦਾ ਹੋਵੇ ਹਰੇਕ ਚੀਜ਼ ਦੀ ਸਮਝ ਰੱਖਦਾ ਹੋਵੇ ਚਾਹੇ ਉਹ ਗੁਰਬਾਣੀ ਹੋਵੇ ਚਾਹੇ ਹੋਰ ਦੁਨੀਆਂ ਦਾ ਕੋਈ ਪੱਖ ਹੋਵੇ ਚਾਹੇ ਸਮਾਜ ਦਾ ਚਾਹੇ ਰਾਜਨੀਤੀ ਦਾ ਚਾਹੇ ਧਰਮ ਦਾ ਠੀਕ ਹੈ ਉਹ ਬੜਾ ਗਿਆਨਵਾਨ ਹੋਵੇ ਉਹਨੂੰ ਬੜਾ ਗਿਆਨ ਹੋਵੇ ਦੁਨੀਆਂ ਦਾ ਧਨਵੰਤ ਉਹਦੇ ਕੋਲ ਪੈਸਾ ਵੀ ਬੜਾ ਹੋਵੇ ਬੜਾ ਅਮੀਰ ਹੋਵੇ ਦੁਨੀਆਂ ਦੀ ਹਰ ਚੀਜ਼ ਉਹ ਖਰੀਦ ਸਕਦਾ ਹੋਵੇ ਇੰਨਾ ਪੈਸਾ ਹੋਵੇ ਉਹਦੇ ਕੋਲ ਠੀਕ ਹੈ ਫਿਰ ਦੁਬਾਰਾ ਕੋਈ ਬੰਦਾ ਬੜਾ ਸੋਹਣਾ ਹੋਵੇ ਉਹਦੀ ਜ਼ਾਤ ਬੜੀ ਉੱਚੀ ਹੋਵੇ ਬੜਾ ਹੀ ਸਿਆਣਾ ਹੋਵੇ ਅੱਤ ਦਾ ਅਤੇ ਉਹਨੂੰ ਗਿਆਨ ਵੀ ਬੜਾ ਹੋਵੇ ਅਤੇ ਉਹ ਪੈਸੇ ਵਾਲਾ ਵੀ ਬੜਾ ਹੋਵੇ ਠੀਕ ਹੈ ਗੁਰੂ ਸਾਹਿਬ ਕਹਿੰਦੇ ਹੋਣਾ ਚਾਹੀਦਾ ਬੰਦੇ ਦੇ ਸਾਰਾ ਕੁਛ ਹੋਣਾ ਚਾਹੀਦਾ ਕਿਉਂਕਿ ਦੁਨੀਆਂ ਵਿੱਚ ਰਹਿਣ ਲਈ ਪੈਸਾ ਵੀ ਜ਼ਰੂਰੀ ਹੈ ਹਨਾ ਲੋਕਾਂ ਦੇ ਵਿੱਚ ਉੱਚਾ ਰੁਤਬਾ ਵੀ ਜ਼ਰੂਰੀ ਹੈ ਕਿ ਲੋਕ ਸਾਰੇ ਜਾਣਦੇ ਹੋਣ ਉਹਨੂੰ ਗਿਆਨ ਹੋਣਾ ਵੀ ਜ਼ਰੂਰੀ ਹੈ ਪੈਸਾ ਹੋਣਾ ਵੀ ਜ਼ਰੂਰੀ ਹੈ ਅਤੇ ਸਿਆਣਾ ਵੀ ਹੋਣਾ ਚਾਹੀਦਾ ਠੀਕ ਹੈ ਉੱਚੀ ਜ਼ਾਤ ਗੁਰਬਾਣੀ ਬੰਦੇ ਦੇ ਸਰੀਰ ਦੀ ਜਾਤ ਦੀ ਨਹੀਂ ਗੱਲ ਕਰਦੀ ਬੰਦਾ ਆਪਣੇ ਕੰਮਾਂ ਕਰਕੇ ਉੱਚੀ ਅਤੇ ਨੀਵੀਂ ਜਾਤ ਦਾ ਹੁੰਦਾ ਜਿਹੜਾ ਮਾੜੇ ਕੰਮ ਕਰਦਾ ਉਹਦੀ ਜਾਤ ਨੀਵੀਂ ਠੀਕ ਹੈ ਨਾਨਕ ਨਾਮ ਹੈ ਬਾਜ ਸਨਾਤ ਜਿਹੜੇ ਬੰਦੇ ਦੇ ਜੀਵਨ ਵਿੱਚ ਗੁਣ ਨਹੀਂ ਹੈਗੇ ਨਾਮ ਨਹੀਂ ਹੈਗਾ ਉਹ ਨੀਵੀਂ ਜਾਤ ਵਾਲਾ ਠੀਕ ਹੈ ਜਿਹੜੇ ਬੰਦੇ ਦੇ ਜੀਵਨ ਦਾ ਕਿਰਦਾਰ ਉੱਚਾ ਵਾ ਉਹਦਾ ਕਰੈਕਟਰ ਉੱਚਾ ਹੈ ਉੱਚੀ ਸੋਚ ਰੱਖਦਾ ਉਹ ਬੰਦਾ ਕੀ ਹੈ ਉੱਚੀ ਜਾਤ ਵਾਲਾ ਸੁੰਦਰ ਕੋਈ ਬੰਦਾ ਸਰੀਰ ਕਰਕੇ ਸੋਹਣਾ ਹੋ ਸਕਦਾ ਪਰ ਗੁਰਬਾਣੀ ਸਰੀਰ ਨੂੰ ਸੋਹਣਾ ਸੋਹਣਾ ਨਹੀਂ ਮੰਨਦੀ ਠੀਕ ਹੈ ਸੋਹਣਾ ਤਾਂ ਬੰਦਾ ਸਰੀਰ ਕਰਕੇ ਹੁੰਦਾ ਮਨ ਦਾ ਮਤਲਬ ਕਿ ਇਹ ਨਹੀਂ ਕਹਿੰਦੀ ਕਿ ਕੋਈ ਬੰਦਾ ਸਰੀਰ ਕਰਕੇ ਸੋਹਣਾ ਨਹੀਂ ਹੁੰਦਾ ਸਰੀਰ ਕਰਕੇ ਤਾਂ ਆਪਾਂ ਸਾਰੇ ਸੋਹਣੇ ਹੋ ਸਕਦੇ ਪਰ ਗੁਰਬਾਣੀ ਕਹਿੰਦੀ ਹੈ ਬੰਦਾ ਸਰੀਰ ਕਰਕੇ ਸੋਹਣਾ ਹੋਏ ਮਨ ਕਰਕੇ ਵੀ ਉਹਨੂੰ ਸੋਹਣਾ ਹੋਣਾ ਚਾਹੀਦਾ ਠੀਕ ਹੈ ਉਹਦੇ ਲਈ ਕੀ ਹੁੰਦਾ ਕਹਿੰਦੀ ਜਿਹੜਾ ਬੰਦਾ ਬਾਹਰੋਂ ਬਾਹਰੋਂ ਆਪਣੇ ਸਰੀਰ ਨੂੰ ਸੋਹਣਾ ਬੜਾ ਹੋਵੇ ਉਹਦੇ ਕੋਲ ਬਾਹਰਲਾ ਦੁਨੀਆਂ ਵਾਲਾ ਸਾਰਾ ਪੈਸਾ ਹੋਵੇ ਬੜੀ ਜਾਇਦਾਦ ਹੋਵੇ ਦੁਨੀਆਂ ਦਾ ਸਾਰਾ ਗਿਆਨ ਰੱਖਦਾ ਹੋਵੇ ਸਾਰੀਆਂ ਚਤੁਰਾਈਆਂ ਸਿਆਣਪਾਂ ਜਾਣਦਾ ਹੈ ਪਰ ਮ੍ਰਿਤਕ ਕਹੀਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਜੇ ਉਹਦੇ ਜੀਵਨ ਦੇ ਵਿੱਚ ਠੀਕ ਹੈ ਉਹਨੇ ਰੱਬ ਦੇ ਬਣਾਏ ਹੋਏ ਸਾਰੇ ਸੰਸਾਰ ਦੇ ਵਿੱਚ ਜੀਵਾਂ ਜੰਤੂਆਂ ਨਾਲ ਇਨਸਾਨਾਂ ਨਾਲ ਰੱਬ ਦੀ ਬਣਾਈ ਕੁਦਰਤ ਦੇ ਨਾਲ ਜੇ ਉਹਦੇ ਦਿਲ ਵਿੱਚ ਮਨ ਵਿੱਚ ਪਿਆਰ ਨਹੀਂ ਨਾ ਹੈਗਾ ਜੇ ਉਹ ਰੱਬ ਦੀ ਬਣਾਈ ਹਰੇਕ ਚੀਜ਼ ਨਾਲ ਪਿਆਰ ਨਹੀਂ ਕਰਦਾ ਉਹ ਇਨਸਾਨ ਆਪਣੀ ਜ਼ਮੀਰ ਕਰਕੇ ਮਰਿਆ ਵਾ ਮਰਿਆ ਬੰਦਾ ਕਿਵੇਂ ਦਾ ਹੁੰਦਾ ਪਤਾ ਨਾ ਤੁਹਾਨੂੰ ਡੈੱਡ ਬੋਡੀ ਜਿਹਨੂੰ ਕੋਈ ਸਮਝ ਨਹੀਂ ਹੁੰਦੀ ਕੀ ਹੁੰਦਾ ਪਿਆ ਨਾ ਉਹ ਬੋਲ ਸਕਦਾ ਨਾ ਤੁਰ ਸਕਦਾ ਨਾ ਚੱਲ ਸਕਦਾ ਨਾ ਗੱਲ ਕਰ ਸਕਦਾ ਨਾ ਸੁਣ ਸਕਦਾ ਨਾ ਸਮਝ ਸਕਦਾ ਹੈ ਨਾ ਕਹਿੰਦੇ ਉਹ ਬੰਦਾ
ਤੁਰਦਾ ਫਿਰਦਾ ਤਾਂ ਆਪਾਂ ਨੂੰ ਦੇਖਦਾ ਕਿ ਜਿਉਂਦਾ ਪਿਆ ਵਾ, ਪਰ ਉਹਦੇ ਮਨ ਵਿੱਚੋਂ ਜਿਹੜੇ ਚੰਗੇ ਆਦਤਾਂ ਹੀ ਚੰਗੀਆਂ, ਚੰਗੇ ਖਿਆਲ ਹੀ, ਗੁਣ ਹੀ, ਸੁਭਾਅ ਹੀ, ਉਹ ਸਾਰਾ ਕੀ ਹੋ ਚੁੱਕਿਆ, ਖਤਮ ਹੋ ਚੁੱਕਿਆ। ਉਹ ਕਿਸੇ ਬੰਦੇ ਦੇ ਵਿੱਚ ਰੱਬ ਦੀ ਜੋਤ ਨੂੰ, ਰੱਬ ਦੇ ਗੁਣਾਂ ਨੂੰ, ਰੱਬ ਦੇ ਅੰਸ਼ ਨੂੰ ਨਹੀਂ ਦੇਖਦਾ। ਉਹਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਸੰਸਾਰ ਅਕਾਲ ਪੁਰਖ ਨੇ ਬਣਾਇਆ ਵਾ, ਅਤੇ ਉਹ ਆਪ ਜੇ ਲਿਖ ਲੈਂਦਾ ਪਿਆ ਗੁਣਾਂ ਕਰਕੇ। ਗੁਰਬਾਣੀ ਕਹਿੰਦੀ ਹੈ ਨਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਗੁਣਾਂ ਨਾਲ ਹੁੰਦੀ ਹੈ, ਕੋਈ ਬੰਦੇ ਨੇ ਭਗਤੀ ਵੀ ਕਰਨੀ ਹੋਏ ਨਾ ਅਤੇ ਗੁਣਾਂ ਕਰਕੇ ਹੁੰਦੀ। ਅਤੇ ਜਿਹਦੇ ਜੀਵਨ ਵਿੱਚ ਉਹ ਰੱਬ ਦੇ ਨਾਲ ਪਿਆਰ ਨਹੀਂ ਹੈਗਾ, ਜਿਹਨੇ ਉਹਨੂੰ ਸਰੀਰ ਦਿੱਤਾ ਹੈ, ਸਾਰਾ ਸੰਸਾਰ ਦਿੱਤਾ, ਹੁਣ ਉਹ ਤੋਂ ਪੂਰੀ ਦੁਨੀਆਂ ਉੱਤੇ ਸਭ ਤੋਂ ਪਹਿਲਾਂ ਬੰਦਾ ਪੈਸੇ ਬੰਦਾ ਹੀ ਕਮਾਉਂਦਾ। ਹੁਣ ਕੋਈ ਜਾਨਵਰ ਦੇਖਿਆ ਕਦੀ ਕੋਈ ਕਮਾਈ ਕਰਦਾ ਪਿਆ? ਕੋਈ ਚਿੜੀਆਂ ਕਾਂ ਜਾ ਕੇ ਫੈਕਟਰੀ ਵਿੱਚ ਕੋਈ ਨੌਕਰੀ ਕਰਦੇ ਪਏ ਹੁਣ? ਨਹੀਂ ਨਾ ਹੁੰਦਾ, ਬੰਦਾ ਕਰਦਾ ਨਾ। ਅਤੇ ਬੰਦਾ ਜਿਹੜਾ ਵੀ ਕੰਮ ਕਰਦਾ ਫੈਕਟਰੀ ਦੇ ਵਿੱਚ, ਚਾਹੇ ਉਹ ਖੇਤੀ ਕਰਦਾ ਨਾ, ਜਿਹੜੀ ਜ਼ਮੀਨ ਇਹ ਉਸ ਰੱਬ ਨੇ ਪੈਦਾ ਕੀਤੀ ਨਾ ਇੱਥੇ ਦੁਨੀਆਂ 'ਤੇ, ਜੋ ਵੀ ਆਪਾਂ ਦੇਖਿਆ। ਹੁਣ ਬੰਦੇ ਨੇ ਕੀ ਕੰਮ ਕਰਨਾ ਕਿ ਉਹਦੇ ਜਾ ਖੇਤੀ ਕਰਕੇ ਉਹ 'ਚੋਂ ਅਨਾਜ ਉਗਾ ਕੇ, ਪੱਠੇ ਉਗਾ ਕੇ ਜਾਨਵਰਾਂ ਨੂੰ ਪਾਉਣੇ, ਅਨਾਜ ਆਪਣੇ ਲਈ ਕਰ ਦੇਣਾ, ਆਪਣੇ ਆਪਣੇ ਖਾਣ ਲਈ ਹੀ ਲਸਰ। ਪਰ ਇਹ ਜ਼ਮੀਨ ਤਾਂ ਬੰਦੇ ਨੇ ਨਹੀਂ ਨਾ ਬਣਾਈ, ਜ਼ਮੀਨ ਤਾਂ ਬੰਦੇ ਨੇ ਨਹੀਂ ਨਾ ਬਣਾਈ। ਜਵਾਬ ਦਿਓ, ਰੱਬ ਨੇ ਬਣਾਈ ਨਾ। ਅਤੇ ਇਹ ਜ਼ਮੀਨ ਨੂੰ ਚਲਾਉਣ ਦੇ ਲਈ ਜਿਹੜਾ ਬੰਦੇ ਨੂੰ ਸਰੀਰ ਦਿੱਤਾ, ਇਹ ਵੀ ਤਾਂ ਰੱਬ ਨੇ ਬਣਾਇਆ ਨਾ। ਉਹ ਗੱਲ ਵੱਖਰੀ ਕਿ ਬੰਦੇ ਨੂੰ ਇੰਨੀ ਰੱਬ ਨੇ ਸ਼ਕਤੀ ਦਿੱਤੀ ਹੈ ਕਿ ਬੰਦਾ ਆਪਣੇ ਵਿੱਚੋਂ ਆਪਣੇ ਵਰਗਾ ਇੱਕ ਹੋਰ ਇਨਸਾਨ ਪੈਦਾ ਕਰ ਸਕਦਾ। ਹੈਗੀ ਨਾ ਬੰਦੇ ਕੋਲ ਸ਼ਕਤੀ? ਕਦੀ ਇਹ ਨਹੀਂ ਦੇਖਿਆ ਕਿ ਹੁਣ ਰੱਬ ਉੱਤੋਂ ਸੁੱਟਦਾ ਪਿਆ ਹੋਏ ਇਨਸਾਨਾਂ ਨੂੰ, ਲੈ ਤੂੰ ਹੀ ਗਿਆ, ਤੂੰ ਹੀ ਗਿਆ, ਇਹ ਨਾ ਹੁੰਦਾ। ਇੱਦਾਂ ਇਨਸਾਨ ਨੂੰ ਰੱਬ ਨੇ, ਗੁਰਬਾਣੀ ਦੇ ਕਮਾਨ ਹੈ, ਜੋ ਕੁਛ ਕੀਆ ਸੋ ਏਕਾ ਵਾਰ, ਕਿ ਉਸ ਅਕਾਲ ਪੁਰਖ ਨੇ, ਉਸ ਅਕਾਲ ਪੁਰਖ ਨੇ, ਰੱਬ ਨੇ, ਪਰਮਾਤਮਾ ਨੇ ਜੋ ਕੁਛ ਇਸ ਦੁਨੀਆਂ 'ਤੇ ਬਣਾਉਣਾ ਸੀ ਨਾ, ਇੱਕੋ ਵਾਰੀ ਬਣਾ ਦਿੱਤਾ ਹੈ, ਇੱਕੋ ਵਾਰੀ ਸੰਸਾਰ ਵਿੱਚ ਸਾਰਾ ਕੁਛ ਪਾ ਦਿੱਤਾ ਹੈ। ਠੀਕ ਹੈ, ਹੁਣ ਵਾਰ ਵਾਰ ਆਪਣੇ ਦੁਆਰਾ ਬੰਦੇ ਬਣਾਉਣ ਦੀ ਲੋੜ ਨਹੀਂ, ਉਹਨੇ ਬੰਦੇ ਨੂੰ ਉਹਨੇ ਸ਼ਕਤੀ ਦੇ ਦਿੱਤੀ ਹੈ, ਆਪਣੇ ਵਰਗੇ ਉਹ ਬੰਦੇ ਪੈਦਾ ਕਰੀ ਜਾਏਗਾ। ਬੰਦੇ ਦੀ ਬਸ ਇੱਕ ਉਮਰ ਨਿਸ਼ਚਿਤ ਕਰ ਦਿੱਤੀ ਕਿ ਉਹਨੇ ਪਹਿਲਾਂ ਬੱਚਾ ਹੋਊਗਾ, ਫਿਰ ਵੱਡਾ ਹੋਊਗਾ, ਜਵਾਨ, ਫਿਰ ਬੁੱਢਾ ਹੋਊਗਾ ਅਤੇ ਮਰ ਜਾਊਗਾ। ਸਰੀਰ ਦੀ ਉਮਰ ਨਿਸ਼ਚਿਤ ਕਰਤੀ, ਠੀਕ ਹੈ, ਕਿ ਬੰਦੇ ਨੇ ਇੰਨੀ ਦੇਰ ਨੂੰ ਮਰ ਜਾਣਾ। ਪਰ ਲੋਕ ਕੀ, ਜਦੋਂ ਕਿਸੇ ਦੇ ਘਰ ਕੋਈ, ਹੁਣ ਦੇਖੋ ਕੋਈ ਬੱਚਾ ਪੈਦਾ ਹੁੰਦਾ, ਉਦੋਂ ਬੜੇ ਖੁਸ਼ ਹੁੰਦੇ ਆ ਨਾ, ਘਰ ਵਿੱਚ ਜੇ ਮੁੰਡਾ ਪੈਦਾ ਹੋਏ, ਧਮਾਣ ਕਰਦੇ ਆ, ਡੀ ਜੇ ਲਾਉਂਦੇ ਆ, ਲਾਉਂਦੇ ਆ ਨਾ, ਉਹ ਕੀ ਕਹਿੰਦੇ, ਸਾਨੂੰ ਬੜੀ ਖੁਸ਼ੀ ਹੋਈ ਹੈ, ਹੈ ਨਾ। ਅਤੇ ਜਦੋਂ ਕਿਸੇ ਦੇ ਘਰ ਕੋਈ ਬੰਦਾ ਮਰ ਜਾਂਦਾ, ਚੜ੍ਹਾਈ ਕਰ ਜਾਂਦਾ, ਉਦੋਂ ਕੀ ਕਹਿੰਦੇ ਆ, ਰੱਬ ਨੇ ਮਾਰਤਾ, ਰੱਬ ਦਾ ਭਾਣਾ ਵਰਤ ਗਿਆ, ਹੈ ਨਾ। ਭਾਣਾ ਸਾਨੂੰ ਇਹ ਸਮਝਾਇਆ ਗਿਆ ਕਿ ਜਦੋਂ ਕੋਈ ਬੰਦਾ ਜੰਮੇ ਉਦੋਂ ਰੱਬ ਨੇ ਕੁਛ ਨਹੀਂ ਕੀਤਾ, ਉਦੋਂ ਬੰਦੇ ਨੇ ਪੈਦਾ ਕੀਤਾ, ਅਤੇ ਜਦੋਂ ਬੰਦਾ ਮਰਦਾ ਉਦੋਂ ਰੱਬ ਦਾ ਭਾਣਾ ਹੋ ਗਿਆ। ਕਈ ਤੁਸੀਂ ਵੇਖਿਆ ਇੱਦਾਂ ਕੋਈ ਬੰਦਾ ਕਹਿੰਦਾ ਹੋਵੇ ਕਿ ਕਿਸੇ ਘਰ ਕੋਈ ਜੰਮਿਆ ਹੋਵੇ, ਉਹ ਜਾ ਕੇ ਕਹਿੰਦਾ ਹੋਵੇ ਤੁਹਾਡੇ ਘਰ 'ਤੇ ਰੱਬ ਦਾ ਭਾਣਾ ਹੀ ਹੋ ਗਿਆ ਜੇ ਕੋਈ ਪੈਦਾ ਹੋ ਗਿਆ। ਦੇਖਿਆ, ਸੁਣਿਆ ਕਦੇ ਕਹਿੰਦੇ ਨਹੀਂ ਨਾ, ਕਿਉਂਕਿ ਲੋਕਾਂ ਨੇ ਭਾਣੇ ਦਾ ਮਤਲਬ ਬੁਰਾ ਸ਼ਬਦ ਸਮਝਿਆ ਕਿ ਸਿਰਫ ਜੋ ਕੋਈ ਮਰੇ ਫੇਰ ਹੀ ਵਰਤਿਆ ਜਾਣਾ, ਹੈ ਨਾ। ਭਾਣੇ ਨੂੰ ਅਸਲ ਵਿੱਚ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ, ਫੈਸਲਾ ਗੁਰੂ ਦਾ, ਰੱਬ ਦਾ, ਜੋ ਵੀ ਫੈਸਲਾ ਰੱਬ ਨੇ ਉਹ ਸਰੀਰ ਦਿੱਤਾ, ਹੈ ਨਾ। ਅੱਖਾਂ ਕਦੇ ਨਹੀਂ ਦਿੱਤੀਆਂ ਰੱਬ ਨੇ, ਪਹਿਲਾਂ ਮੈਨੂੰ ਦੱਸੋ, ਕੋਈ ਬੰਦਾ ਇਹਦੇ ਨਾਲ ਰੋਟੀ ਖਾਂਦਾ? ਕੰਨ ਕਦੇ ਨਹੀਂ ਦਿੱਤੇ? ਕੋਈ ਬੰਦਾ ਇੱਥੋਂ ਦੀ ਪਾਣੀ ਪੀਂਦਾ? ਮੂੰਹ ਕਦੇ ਨਹੀਂ ਦਿੱਤਾ? ਕੋਈ ਇੱਥੋਂ ਬੰਦਾ ਬਾਥਰੂਮ ਕਰਦਾ? ਕੋਈ ਬੰਦਾ ਇੱਦਾਂ ਕਰ ਸਕਦਾ? ਜੋ ਰੱਬ ਨੇ ਸਿਸਟਮ ਲਾਇਆ, ਆਪਣਾ ਜੋ ਹੁਕਮ ਇਹ ਸਰੀਰ 'ਤੇ ਚਲਾਇਆ, ਸਾਰਾ ਇੱਕੋ ਜਿਹਾ ਚੱਲਦਾ ਨਾ ਸਾਰੇ ਬੰਦਿਆਂ ਨੂੰ? ਸਾਰੇ ਬੰਦੇ ਇਹਨਾਂ ਅੱਖਾਂ ਨਾਲ ਦੇਖਦੇ ਆ, ਸਾਰੇ ਕੰਨਾਂ ਨਾਲ ਸੁਣਦੇ ਆ, ਮੂੰਹ ਨਾਲ ਖਾਂਦੇ ਪੀਂਦੇ, ਜ਼ਬਾਨ ਨਾਲ ਬੋਲਦੇ ਆ, ਸਾਰੇ ਸਰੀਰ ਐਵੇਂ ਕਰਦੇ ਆ ਨਾ। ਇਹ ਰੱਬ ਦਾ ਕੀ ਹੈ? ਹੁਕਮ। ਅਤੇ ਅਸੀਂ ਸਾਰੇ ਮੰਨਦੇ ਪਏ ਹਾਂ, ਕਿ ਨਹੀਂ ਮੰਨਦੇ? ਤੁਸੀਂ ਮੰਨਦੇ ਹੋ ਨਾ? ਅੱਖਾਂ ਪੱਟ ਕੇ ਆਪਣੇ ਇੱਥੇ ਤਾਂ ਨਹੀਂ ਲਾ ਸਕਦੇ ਤੁਸੀਂ? ਕੰਨ ਵੱਖੀ ਤਾਂ ਨਹੀਂ ਕਰ ਸਕਦੇ? ਨਹੀਂ ਨਾ। ਲੱਤਾਂ ਉੱਪਰ ਅਤੇ ਸਿਰ ਥੱਲੇ ਤਾਂ ਨਹੀਂ ਨਾ ਕਰ ਸਕਦੇ? ਕੁਛ ਨਹੀਂ ਨਾ ਕਰ ਸਕਦੇ, ਜਿਵੇਂ ਰੱਬ ਨੇ ਪੈਦਾ ਕੀਤਾ ਆਪਾਂ ਰਹਿੰਦੇ ਪਏ ਹਾਂ ਨਾ। ਅਤੇ ਇਸ ਸ਼ਬਦ ਵਿੱਚ ਵੀ ਗੁਰੂ ਸਾਹਿਬ ਇਹੀ ਕਹਿੰਦੇ ਨੇ ਕਿ ਜਿਹੜਾ ਬੰਦਾ ਨਾ, ਸਭ ਤੋਂ ਪਹਿਲਾਂ ਆਪਣੇ ਸਰੀਰ ਤੋਂ ਧਰਮ ਸਿੱਖੇਗਾ। ਉਹ ਇੱਕ ਹੋਰ ਸ਼ਬਦ ਗੁਰਬਾਣੀ 'ਚ ਆਉਂਦਾ ਕਿ ਸਰੀਰ ਸਭ ਧਰਮ ਹੈ। ਜੇ ਬੰਦੇ ਨੇ ਧਰਮ ਸਿੱਖਣਾ ਨਾ, ਧਰਮ ਕੋਈ ਸਰੀਰ ਤੋਂ ਸਿੱਖ ਸਕਦਾ? ਕਿਵੇਂ? ਆਪਾਂ ਨੂੰ ਰੱਬ ਨੇ ਦੋ ਅੱਖਾਂ ਦਿੱਤੀਆਂ ਨਾ, ਇੱਕ ਵੀ ਦੇ ਸਕਦਾ ਸੀ, ਵੇਖਣਾ ਹੀ ਆਪਾਂ, ਪਰ ਦੋ ਦੀ ਕੋਈ ਲੋੜ ਹੋ ਗਈ ਤਾਂ ਹੀ ਦਿੱਤੀ ਹੈ ਨਾ। ਹੁਣ ਕੋਈ ਧਰਮ ਕਿਵੇਂ, ਜੇ ਆਪਾਂ ਸਮਝੀਏ
ਗੁਰਬਾਣੀ 'ਚ ਐਕਸਪਲੇਨ ਵੀ ਕੀਤਾ ਹੋਗਾ, ਵਿਆਖਿਆ ਵੀ ਕੀਤੀ ਹੋਗੀ, ਪਰ ਥੋੜ੍ਹਾ ਆਪਣੇ ਆਪ ਨੂੰ ਵੀ ਸਮਝਣਾ ਪੈਣਾ ਨਾ, ਉੱਦਮ ਜਿਹਨੂੰ ਗੁਰਬਾਣੀ ਕਹਿੰਦੀ ਉੱਦਮ ਕਰਨਾ ਹੈ ਨਾ। ਹੁਣ ਵੇਖੋ ਦੋ ਅੱਖ ਹੈ, ਇੱਕ ਅੱਖ ਇੱਧਰਲੀ ਸਾਈਡ ਤੋਂ ਵੀ ਆਪਾਂ ਨੂੰ ਦੇਖਦਾ ਹੈ ਨਾ ਥੋੜ੍ਹਾ ਥੋੜ੍ਹਾ, ਇੱਕ ਆਹ ਵਾਲੀ ਅੱਖ ਨੇ ਇੱਧਰੋਂ ਥੋੜ੍ਹਾ ਥੋੜ੍ਹਾ। ਸਭ ਤੋਂ ਪਹਿਲਾਂ ਆਪਣੀ ਇੱਕ ਇੱਕ ਅੱਖ ਬੰਦ ਕਰੋ, ਕੋਈ ਜਿਹੜਾ ਆਹ ਅੱਖ ਨਾ ਇੱਧਰੋਂ ਦੇਖਦਾ ਹੈ, ਆਹ ਅੱਖ ਨਾ ਇੱਧਰੋਂ ਦੇਖਦਾ ਪਿਆ ਨਹੀਂ ਨਾ, ਆਖ ਖੋਲਣੀ ਪਊਗੀ ਨਾ ਇੱਧਰਾਂ ਦੇਖਣ ਲਈ। ਹੁਣ ਇਹ ਧਰਮੀ ਵੇਖੋ ਕਿਵੇਂ ਨੇ, ਧਰਮ ਕਿਵੇਂ ਨਿਭਾਉਂਦੀਆਂ ਅੱਖਾਂ। ਆਖ ਕਹਿੰਦੀ ਇਹਨੂੰ, ਕਹਿੰਦੀ ਭੈਣੇ ਇੱਧਰਲੇ ਪਾਸੇ ਧਿਆਨ ਰੱਖੀ, ਮੈਂ ਇੱਧਰ ਧਿਆਨ ਰੱਖਦੀ ਹਾਂ, ਇੱਕ ਦੂਜੇ ਦਾ ਸਾਥ ਦਿੰਦੀਆਂ ਪਈਆਂ ਦਿੰਦੀਆਂ ਨਾ। ਧਰਮ, ਧਰਮ ਕੀ ਹੈ? ਬੰਦਾ ਸਰੀਰ ਤੋਂ ਸਿੱਖ ਲੱਗਦਾ। ਕੰਨ, ਕੰਨ ਦੋਣੇ ਨਾ ਹੈਗੇ ਨਾ, ਜੇ ਬੰਦਾ ਆਪਣਾ ਪਹਿਲਾਂ ਆਪਣਾ ਆਪਣਾ ਇੱਕ ਕੰਨ ਬੰਦ ਕਰੋ। ਹੁਣ ਜਿਹੜੀ ਮੈਂ ਗੱਲ ਕਰਦਾ ਪਿਆ ਆਹ ਕੰਨ ਸੁਣਦੀ ਤੁਹਾਨੂੰ ਜਿਹੜਾ ਬੰਦ ਕੀਤਾ, ਇੱਧਰ ਨਾ ਸੁਣਦੀ ਹੈ ਨਾ, ਅੱਧੀ ਆਵਾਜ਼ ਆਉਂਦੀ ਪਈ ਹੈ ਨਾ, ਖੋਲ ਕੇ ਗੱਲ ਸੁਣੋ, ਹੁਣ ਮੇਰੀ ਆਵਾਜ਼ ਪੂਰੀ ਆਉਂਦੀ ਹੈ ਨਾ। ਹੁਣ ਕੰਨ ਵੇਖੋ ਧਰਮ ਕਿਵੇਂ ਨਿਭਾਉਂਦੇ ਆ, ਇੱਧਰ ਨਾ ਕੰਨ ਇੱਧਰ ਨੂੰ ਕਹਿੰਦਾ ਵੀਰਾ ਇੱਧਰ ਪਾਸੇ ਜਿਹੜੀ ਵੀ ਆਵਾਜ਼ ਆਏ ਉਹ ਤੂੰ ਦਿਮਾਗ ਤੱਕ ਪਹੁੰਚਾਉਣੀ ਹੈ, ਇੱਧਰਲੇ ਪਾਸੋਂ ਮੈਂ ਧਿਆਨ ਰੱਖਦਾ ਵਾ। ਠੀਕ ਹੈ, ਇਹ ਸਾਰੇ ਜਿਹੜੇ ਪਾਰਟ ਨੇ ਆਪਣੇ ਦਿਮਾਗ ਤੱਕ ਗੱਲਾਂ ਪਹੁੰਚਾਉਂਦੇ ਨੇ। ਕੰਨ, ਅੱਖਾਂ, ਦੋ ਮੇਨ ਚੀਜ਼ਾਂ ਨੇ। ਬਾਅਦ 'ਚ ਆਪਾਂ ਬੋਲਦੇ ਹਾਂ ਹੈ ਨਾ, ਜੋ ਆਪਾਂ ਸੁਣਦੇ ਉਹੀ ਬੋਲਦੇ ਨਾ। ਇੱਕ ਹੋਰ ਗੱਲ, ਹਮੇਸ਼ਾ ਤੁਸੀਂ ਦੇਖਿਓ ਜਿਹੜਾ ਬੰਦਾ ਗੂੰਗਾ ਹੁੰਦਾ ਨਾ, ਗੂੰਗਾ ਉਹ ਬੋਲਾ ਵੀ ਹੁੰਦਾ ਨਾਲ, ਉਹ ਕੀ ਹੁੰਦਾ ਵਾ ਨਾਲ, ਕਿਉਂਕਿ ਕੋਈ ਬੰਦਾ ਸ਼ਬਦ ਕੋਈ ਅੱਖਰ ਤਾਂ ਹੀ ਬੋਲੂਗਾ ਜੇ ਉਹਨੇ ਕੋਈ ਸੁਣਿਆ ਹੋਵੇ। ਪਹਿਲੀ ਗੱਲ ਹੁੰਦੀ ਕਿ ਉਹਨੂੰ ਸੁਣਦਾ ਨਹੀਂ ਹੁੰਦਾ ਤਾਂ ਉਹ ਗੂੰਗਾ ਹੁੰਦਾ, ਨਾ ਕਿ ਗੂੰਗਾ ਹੁੰਦਾ ਤਾਂ ਨਹੀਂ ਉਹਨੂੰ ਸੁਣਦਾ। ਠੀਕ ਹੈ, ਜੇ ਬੰਦੇ ਨੇ ਕੋਈ ਅੱਖਰ ਨਾ ਸੁਣਿਆ ਚਲੋ ਬੋਲ ਨਹੀਂ ਸਕਦਾ, ਉਹ ਬੰਦਾ ਐਵੇਂ ਦਾ ਹੁੰਦਾ ਵਾ ਗੂੰਗਾ। ਹੁਣ ਵੇਖੋ ਅੱਗੋ ਦੋ ਕੀ ਆਪਣੇ ਆ, ਹੱਥ ਬਾਹਾਂ ਨਾ। ਹੁਣ ਵੇਖੋ ਆਹ ਕਾਪੀ ਹੈ, ਮੰਨ ਲਓ ਇੱਥੇ ਇਹਦਾ ਵੇਟ 50 ਕਿਲੋ ਹੋਵੇ ਹੈ ਨਾ, ਆਹ ਇੱਕ ਹੱਥ ਨਾਲ ਤਾਂ ਮੈਂ ਚੱਕ ਲਈ। ਹੁਣ ਇੱਕ ਹੱਥ ਨਾਲ ਮੇਰੇ ਕੋਲ ਨਹੀਂ ਚੁੱਕੀ ਜਾਂਦੀ ਪਈ ਹੈ ਨਾ, ਭਾਰੀ ਹੈ, ਦੂਜਾ ਹੱਥ ਵਧਾ ਹੀ ਜਾਂਦਾ, ਕਹਿੰਦਾ ਲੈ ਵੀ ਤੇ ਮੈਂ ਵੀ ਤੇਰੇ ਨਾਲ ਭਾਰ ਰਲ ਕੇ ਚੁੱਕ ਲੈਂਦੇ, ਦੋਵਾਂ ਨੇ ਚੱਕੀ ਨਾ ਬਰਾਬਰ ਹੋ ਗਿਆ ਨਾ ਦੋਵਾਂ ਦਾ ਭਾਰ, ਦੋਵਾਂ ਨੇ ਬਰਾਬਰ ਚੁੱਕ ਲਿਆ। ਇਹ ਧਰਮ ਨਿਭਾਉਂਦੇ ਪਏ, ਨਿਭਾਉਂਦੇ ਕਿ ਨਹੀਂ? ਨਾਕਾ ਆਪਣਾ ਦੋ ਹੈ ਨਾ, ਜੇ ਇੱਕ ਬੰਦ ਹੋਏ ਜ਼ੁਕਾਮ ਹੋਏ ਦੂਜਾ ਸਾਹ ਲੈ ਜਾਂਦਾ ਨਾ ਹੈ ਨਾ, ਦੋਵਾਂ ਦਾ ਆਪਣੇ ਸਰੀਰ ਨੂੰ ਦੋ ਤਾਂ ਲੱਗੇ ਆਪਣੇ ਸਰੀਰ ਨੂੰ ਪੂਰਾ ਸਾਹ ਮਿਲ ਸਕੇ, ਆਕਸੀਜਨ ਮਿਲ ਸਕੇ, ਇਹਦਾ ਫਾਇਦਾ। ਇੱਕ ਦੂਜਾ ਦਾ ਇਹ ਵੀ ਸਾਥ ਦਿੰਦੇ ਹੈ ਨਾ, ਇੱਕ ਬੰਦ ਹੋਏ ਜ਼ੁਕਾਮ ਹੋਏ ਦੂਜਾ ਲਈ ਜਾਂਦਾ ਨਾ ਸਾਹ, ਜੇ ਦੋਵੇਂ ਬੰਦ ਹੋ ਜਾਂਦੇ ਔਖਾ ਹੁੰਦਾ ਨਾ ਸਾਹ ਲੈਣਾ, ਮੂੰਹ ਨਾਲ ਤਾਂ ਲੈਂਦੇ ਹੀ ਆ ਫਿਰ, ਪਰ ਮੂੰਹ 'ਚ ਆਪਣੇ ਛੋਟੇ ਛੋਟੇ ਕੇਸ ਨਹੀਂ ਲੱਗੇ, ਰੋਮ ਨਹੀਂ ਲੱਗੇ ਜਿਹੜੇ ਆਪਣੇ ਨੱਕ 'ਚ ਹੁੰਦੇ ਆ, ਜਿਹੜੇ ਅੰਦਰ ਛੋਟੇ ਧੂੜ ਦੇ ਕਣਾਂ ਨੂੰ ਮਿੱਟੀ ਦੇ ਕਣਾਂ ਨੂੰ ਜਾਣ ਤੋਂ ਰੋਕਦੇ ਆ, ਮੂੰਹ 'ਚ ਨਹੀਂ ਨਾ ਲੱਗੇ। ਇਸ ਲਈ ਮੂੰਹ ਨਾਲ ਹਵਾ ਲੈਣੀ ਆਕਸੀਜਨ ਲੈਣੀ ਖਰਾਬ ਹੈ, ਸਰੀਰ 'ਚ ਬਿਮਾਰੀਆਂ ਲੱਗ ਸਕਦੀਆਂ, ਇਸ ਲਈ ਇਹਦੇ ਵਿੱਚ ਹੈਗੀ। ਠੀਕ ਹੈ, ਇਹ ਵੀ ਇੱਕ ਦੂਜੇ ਨਾਲ ਧਰਮ ਨਿਭਾਉਂਦੇ ਪਏ। ਹੁਣ ਦੰਦ ਅਤੇ ਜੀਭ ਵੇਖੋ ਆਪਣੇ, ਜੋ ਹੁਣ ਵੇਖੋ ਸਾਰੇ ਦੰਦਾਂ ਦੇ ਵਿੱਚ ਜੀਭ ਹੈ ਕਿ ਦੰਦ ਜੀਭ ਦੇ ਵਿੱਚ ਨੇ, ਵਿੱਚ ਜੀਭ ਹੈ ਨਾ। ਜਦੋਂ ਆਪਾਂ ਰੋਟੀ ਖਾਂਦੇ ਹਾਂ ਹੈ ਨਾ, ਆਪਾਂ ਸਾਰਾ ਕੁਛ ਚਿੱਥੀ ਜਾਂਦੇ ਹਾਂ ਆਪਣੇ ਅੰਦਰ, ਸਾਰਾ ਜਿਹੜੀ ਚੀਜ਼ ਆਏ ਸਖਤ ਆ ਜੇ ਭਾਵੇਂ ਕੂੜੀ ਆ ਜੇ, ਚਿੱਥੀ ਜਾਂਦੇ ਨਾ ਆਪਾਂ, ਦੰਦ ਸਾਰਾ ਕੁਛ ਚਿੱਥ ਦਿੰਦੇ ਆ, ਪਰ ਜੀਭ ਕਿਉਂ ਨਹੀਂ ਚਿੱਥੀ ਜਾਂਦੀ? ਜਦਕਿ ਆਪਾਂ ਦੇਖੋ ਜੇ ਆਪਣੀ ਜੀਭ ਨਾ ਆਏ, ਆਪਾਂ ਕੋਈ ਵੀ ਚੀਜ਼ ਹਿਲਾ ਕੇ ਇੱਧਰ ਉੱਧਰ ਨਾ ਕਰੀਏ ਤਾਂ ਉਹ ਦੰਦ ਉਹਨੂੰ ਚਿੱਥ ਨਹੀਂ ਸਕਦੇ। ਹਰੇਕ ਚੀਜ਼ ਆਪਾਂ ਹਿਲਾ ਕੇ ਇੱਧਰ ਉੱਧਰ ਕਰਦੇ ਨਾ ਦੰਦਾਂ ਥੱਲੇ, ਇਹ ਚਿੱਥ ਦੇ ਨਾ, ਅਤੇ ਉਹ ਹਿਲਾ ਕੇ ਇੱਧਰ ਵੀ ਕਰਦੀ ਇੱਧਰ ਵੀ ਕਰਦੀ ਅੱਗੇ ਵੀ ਕਰਦੀ ਹੈ ਦੰਦਾਂ ਦੇ ਅਗਲੇ ਪਾਸੇ, ਅਤੇ ਦੰਦ ਚੱਲੀ ਜਾਂਦੇ, ਉਹ ਜੀਭ ਫਿਰ ਕਿਉਂ ਨਹੀਂ ਉਹਨਾਂ ਤੋਂ, ਜੀਭ ਗਿਣ ਤੋਂ ਕੀ ਜਾਂਦੀ ਉਹ? ਇਹ ਗਾਲ ਹੈ, ਇਹ 'ਚ ਗਾਲ ਵਾਲੀ ਕਿਹੜੀ ਗੱਲ ਹੈ? ਕਿਉਂਕਿ ਉਹ ਵੀ ਆਪਣੇ ਧਰਮ ਨਿਭਾਉਂਦੇ ਪਏ ਆ, ਉਹ ਵੀ ਹੁਕਮ ਦੇ ਵਿੱਚ ਚੱਲਦੇ ਪਏ ਆ। ਕਿਵੇਂ? ਜੀਭ ਅਤੇ ਦੰਦ ਇੱਕ ਦੂਜੇ ਦਾ ਸਾਥ ਦਿੰਦੇ ਆ। ਜੀਭ ਕਹਿੰਦੀ ਹੈ ਦੰਦੋ ਮੈਂ ਤੁਹਾਡੇ ਥੱਲੇ ਜਿਹੜੀ ਚੀਜ਼ ਦੇਣੀ ਹੈ ਤੁਸੀਂ ਆਪਣਾ ਧਰਮ ਨਿਭਾਓ, ਇਹਨੂੰ ਚਿੱਥ ਚਿੱਥ ਕੇ, ਪਰ ਮੈਨੂੰ ਕੁਛ ਨਾ ਕਿਹੋ। ਧਰਮ ਨਿਭਾਉਂਦੇ ਨਾ ਇੱਕ ਦੂਜੇ ਦਾ, ਧਰਮ ਹੈ ਨਾ, ਧਰਮ ਧਰਮ ਸੱਚ ਹੈ ਨਾ, ਕਿ ਚੀਜ਼ ਦੇ ਰੱਬ ਦੇ ਅਕਾਲ ਪੁਰਖ ਦੇ ਹੁਕਮ ਨੂੰ ਜਿਹੜੀ ਚੀਜ਼ ਮੰਨਦੀ ਹੈ ਉਹ ਹੁਕਮ 'ਚ ਚੱਲਦੀ ਪਈ ਹੈ, ਨਿਯਮ 'ਚ ਚੱਲਦੀ ਪਈ ਹੈ, ਰੱਬ ਦੇ ਕਾਨੂੰਨ ਦੇ ਥੱਲੇ ਆਉਂਦੀ, ਭਾਣੇ ਵਿੱਚ ਆਉਂਦੀ ਹੈ। ਠੀਕ ਹੈ, ਹੁਣ ਵੇਖੋ ਆਪਣੀਆਂ ਲੱਤਾਂ ਕਿਵੇਂ ਧਰਮ ਨਿਭਾਉਂਦੀਆਂ, ਦੋ ਹੈ ਨਾ ਵੀ, ਦੋ ਹੈ ਨਾ, ਆਓ ਕਰੋ ਆਪਣੇ ਕੋਲ ਦੋ ਦੋ ਲੱਤਾਂ ਹੈਗੀਆਂ ਸਾਰਿਆਂ ਕੋਲ, ਕੀ ਕੋਈ ਇੱਕ ਤਾਂ ਨਹੀਂ ਹੈਗੀ? ਹੁਣ ਵੇਖੋ ਜਿਹੜੇ ਬੰਦੇ ਕੋਈ ਇੱਕ ਲੱਤ ਹੋਵੇ ਹੈ ਨਾ, ਜਿਹਦੀ ਇੱਕ ਲੱਤ ਨਾ ਹੋਵੇ ਤਾਂ ਇੱਕ ਹੋਵੇ,
ਐਵੇਂ ਰਹੂਗਾ ਨਾ ਉਹਦਾ ਸਰੀਰ ਪੂਰਾ ਬੈਲੈਂਸ ਚ ਰਹੂਗਾ ਡੋਲੂਗਾ ਨਾ ਬੈਲੈਂਸ ਚ ਰਹੂਗਾ ਨਹੀਂ ਰਹੂਗਾ ਡੋਲੂਗਾ ਨਾ ਤੇ ਉਹਦੇ ਲਈ ਉਹਨੂੰ ਇੱਕ ਲੱਕੜ ਦੀ ਲੱਕੜ ਦਾ ਸਹਾਰਾ ਲੈਣਾ ਪਊਗਾ ਦੇਖਿਆ ਤੁਸੀਂ ਕਈ ਹੈਂਡੀਕੈਪਡ ਹੁੰਦੇ ਆ ਲੋਕੀ ਹੈ ਨਾ ਤੇ ਪੌੜੀ ਨਹੀਂ ਹੁੰਦਾ ਪੌੜੀ ਹੋਰ ਹੁੰਦਾ ਉਹਨੂੰ ਕਹਿੰਦੇ ਇੱਕ ਜਿਹਦੀ ਨਾ ਹੋਈ ਲੱਤ ਠੀਕ ਹੈ ਗੱਲ ਸੁਣੋ ਧਿਆਨ ਤੇ ਹੁਣ ਜਿਹੜਾ ਬੰਦਾ ਇੱਕ ਉਹ ਸਾਥੀ ਦਾ ਸਹਾਰਾ ਲੈ ਕੇ ਤੁਰਦਾ ਹੈ ਉਹਨੂੰ ਮੁਸ਼ਕਲ ਹੁੰਦੀ ਹੈ ਨਾ ਜਿਵੇਂ ਆਪਾਂ ਤੁਰ ਸਕਦੇ ਉਵੇਂ ਤਾਂ ਨਹੀਂ ਉਹ ਤੁਰ ਸਕਦਾ ਔਖਾ ਤੁਰੂਗਾ ਨਾ ਤੇ ਹੁਣ ਤੁਸੀਂ ਦੇਖਿਆ ਕਦੀ ਕੋਈ ਬੰਦਾ ਦੋ ਪੈਰ ਹੋਣ ਛਾਲਾਂ ਮਾਰ ਮਾਰ ਕੇ ਅੱਗੇ ਤੁਰਦਾ ਹੋਵੇ ਜੰਪ ਲੈ ਲੈ ਕੇ ਦੇਖਿਆ ਕਦੇ ਐਵੇਂ ਜਿਵੇਂ ਤੁਰਦਾ ਨਹੀਂ ਨਾ ਤੁਰ ਸਕਦਾ ਕਿਵੇਂ ਤੁਰੀਦਾ ਭਲਾ ਆਪਾਂ ਤੈਨੂੰ ਮੈਂ ਡਿੱਗਣ ਨੀ ਦਿੰਦਾ ਮੈਂ ਪਿੱਛੇ ਸਪੋਰਟ ਰੱਖਦਾ ਮੈਂ ਅੱਗੇ ਉਹਨਾਂ ਨੂੰ ਤੂੰ ਪਿੱਛੇ ਧਿਆਨ ਰੱਖੀ ਮੈਂ ਅੱਗੇ ਉਹਨਾਂ ਨੂੰ ਤੂੰ ਪਿੱਛੇ ਧਿਆਨ ਰੱਖੀ ਧਰਮ ਹੈ ਨਾ ਧਰਮ ਸਮਝਾਉਂਦੀ ਨਾ ਗੁਰਬਾਣੀ ਗੁਰਬਾਣੀ ਕਹਿੰਦੀ ਬੰਦਾ ਸਰੀਰ ਤੋਂ ਧਰਮ ਸਿੱਖ ਸਕਦਾ ਜਿਵੇਂ ਤੁਹਾਡੇ ਸਰੀਰ ਦੇ ਸਾਰੇ ਜਿਹੜੇ ਅੰਗ ਨੇ ਇੱਕ ਦੂਜੇ ਦਾ ਸਾਥ ਦਿੰਦੇ ਆ ਨਾ ਇਹ ਇਨਸਾਨੋ ਤੁਸੀਂ ਵੀ ਇਕੱਠੇ ਹੋ ਰਲ ਕੇ ਰਹੋ ਇੱਕ ਦੂਜੇ ਦਾ ਸਾਥ ਦਿਓ ਦੁਨੀਆਂ 'ਤੇ ਤੁਹਾਨੂੰ ਲੜਨ ਲਈ ਨਹੀਂ ਭੇਜਿਆ ਗਿਆ ਕਿ ਤੁਸੀਂ ਜ਼ਮੀਨਾਂ ਦੇ ਵੰਡ ਪਾ ਕੇ ਇੱਕ ਦੂਜੇ ਨਾਲ ਲੜ ਕੇ ਤੁਸੀਂ ਮਰ ਜਾਓ ਆਪਸ ਵਿੱਚ ਨਫ਼ਰਤ ਕਰਕੇ ਆਹ ਕਾਲਾ ਆ ਗੋਰਾ ਇਹਦੀ ਉੱਚੀ ਜਾਤ ਇਹਦੀ ਨੀਵੀਂ ਜਾਤ ਹੈ ਆਹ ਅਮੀਰ ਆ ਗਰੀਬ ਹੈ ਆਹ ਬੜਾ ਸਿਆਣਾ ਮੈਂ ਬੜਾ ਨਲਾਇਕ ਹਾਂ ਹੈ ਨਾ ਇਹਦੇ ਕੋਲ ਬੜਾ ਪੈਸਾ ਮੇਰੇ ਕੋਲ ਨਹੀਂ ਹੈਗਾ ਉੱਚੀ ਬੋਲ ਵਾਲਾ ਆ ਮੈਂ ਨੀਵੀਂ ਬੋਲ ਵਾਲਾ ਆਹ ਬੜਾ ਸੋਹਣਾ ਬੜਾ ਭੈੜਾ ਵਾ ਸ਼ਬਦ ਆਪਾਂ ਪੜ੍ਹਦੇ ਪਏ ਨਾ ਇਹ ਇਹ ਬੰਦੇ ਦੇ ਕੋਲ ਹੋਣ ਚੰਗੀਆਂ ਚੀਜ਼ਾਂ ਪਰ ਸਰੀਰ ਕਰਕੇ ਨਹੀਂ ਬੱਚੇ ਸਰੀਰ 'ਚ ਕੋਈ ਘਾਟ ਹੋਵੇ ਬੰਦਾ ਜਾ ਸਕਦਾ ਹੈ ਨਾ ਪਰ ਜੇਕਰ ਬੰਦੇ ਦੇ ਕਿਰਦਾਰ ਵਿੱਚ ਕੋਈ ਘਾਟ ਹੋਵੇ ਨਾ ਉਹ ਸਾਰੀ ਜ਼ਿੰਦਗੀ ਬੰਦਾ ਉਹਨੂੰ ਦੁੱਖ ਨੂੰ ਸਹਿਣਾ ਪੈਂਦਾ ਵਾ ਠੀਕ ਹੈ ਜ਼ਿੰਦਗੀ ਵਿੱਚ ਦੁੱਖ ਸੁੱਖ ਬੰਦੇ ਦੇ ਬਣੇ ਹੀ ਰਹਿਣੇ ਇਹ ਆਪਣੇ ਸਰੀਰ ਦੇ ਨਾਲ ਹੀ ਆਏ ਠੀਕ ਹੈ ਸਰੀਰ ਨੂੰ ਬਿਮਾਰੀਆਂ ਵੀ ਲੱਗਦੀਆਂ ਕਿ ਇਸ ਸਮੇਂ ਸਰੀਰ ਪੂਰਾ ਤੰਦਰੁਸਤ ਵੀ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਉਹ ਬੱਚੇ ਬੋਰ ਤਾਂ ਨਹੀਂ ਹੋ ਗਏ ਫਿਰ ਗੱਲ ਕਿਉਂ ਨਹੀਂ ਸੁਣਦੇ ਆਪਣੇ ਲਿਫਾਫੇ ਨਾ ਖੜਕਾਓ ਠੀਕ ਹੈ ਆਰਾਮ ਨਾਲ ਗੁਰਬਾਣੀ 'ਚ ਇੱਕ ਹੋਰ ਸ਼ਬਦ ਆਉਂਦਾ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਕਿ ਬੰਦਾ ਜਦੋਂ ਤੋਂ ਪੈਦਾ ਹੋਇਆ ਇਹਦੇ ਨਾਲ ਹੀ ਦੁੱਖ ਅਤੇ ਸੁੱਖ ਦੇ ਕੱਪੜੇ ਇਹਦੇ ਨਾਲ ਹੀ ਆਏ ਦੇ ਜੀਵਨ ਵਿੱਚ ਰਹਿਣੇ ਹਮੇਸ਼ਾ ਹੀ ਠੀਕ ਹੈ ਦੁੱਖ ਅਤੇ ਸੁੱਖ ਇਹਦੇ ਨਾਲ ਹੀ ਆਏ ਨੇ ਅਤੇ ਇਹਨੇ ਨਾਲ ਹੀ ਇਹਨਾਂ ਨੂੰ ਨਿਭਾਉਂਦਾ ਹੈ ਜਿਵੇਂ ਦੁਨੀਆਂ ਤੋਂ ਜਾਣਾ ਵਾ ਠੀਕ ਹੈ ਦੁੱਖ ਸੁੱਖ ਵਿੱਚ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਹਰ ਚੀਜ਼ ਨੂੰ ਮੰਨਣਾ ਜ਼ਰੂਰੀ ਹੈ ਮੰਨਣਾ ਪੈਣਾ ਹੈ ਕਿਉਂਕਿ ਜੇ ਬੰਦਾ ਜਨਮਿਆ ਤਾਂ ਉਹਨੇ ਮਰਨਾ ਵੀ ਹੈ ਇਨਸਾਨ ਦਾ ਕੀ ਹੈ ਕਿ ਉਹ ਇੱਕੋ ਜਿਹਾ ਰਹੇ ਕਿਉਂਕਿ ਜੋ ਰੱਬ ਨੇ ਉਹਨੂੰ ਸਰੀਰ ਦਿੱਤਾ ਸੀ ਉਹਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਇੱਕ ਦਿਨ ਖਤਮ ਵੀ ਹੋਣਾ ਠੀਕ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਅੱਜ ਮੈਂ ਜੰਮ ਪਿਆ ਮੈਂ ਮਰੂੰਗਾ ਮਰੂੰਗਾ ਇੱਦਾਂ ਸੋਚ ਸੋਚ ਕੇ ਬੰਦਾ ਆਪਣੀ ਉਮਰ ਹੋਰ ਘਟਾ ਲੈਂਦਾ ਠੀਕ ਹੈ ਬੰਦਾ ਆਪਣੀ ਮੌਤ ਦਾ ਆਪਣੇ ਜੀਵਨ ਦਾ ਆਪ ਜ਼ਿੰਮੇਵਾਰ ਹੈ ਕਿ ਉਹਨੇ ਇਹਨੂੰ ਚੰਗਾ ਬਣਾਉਣਾ ਜਾਂ ਮਾੜਾ ਬਣਾਉਣਾ ਹੁਣ ਕਈ ਬੰਦੇ ਨਸ਼ਾ ਕਰਦੇ ਨਾ ਨਸ਼ਾ ਕਿ ਨਹੀਂ ਕਰਦੇ ਕਈ ਕਰਦੇ ਹਨ ਹੁਣ ਉਹਨਾਂ ਨੂੰ ਕੋਈ ਰੱਬ ਤਾਂ ਨਹੀਂ ਆਇਆ ਕਹਿੰਦਾ ਨਸ਼ਾ ਕਰੋ ਨਹੀਂ ਨਾ ਅਤੇ ਹੁਣ ਜੇ ਕੋਈ ਬੰਦਾ ਆਪਣੇ ਨਸ਼ੇ ਕਰ ਕਰਕੇ ਜਦੋਂ ਉਹਨੇ ਮਰਨਾ ਸੀ ਉਹ ਤੋਂ ਪਹਿਲਾਂ ਹੀ ਮਰ ਜਾਵੇ ਇਹ ਚਲ ਆਪਣਾ ਵੀ ਕਸੂਰ ਹੈਗਾ ਅਤੇ ਜੇ ਉਹ ਮਰ ਜਾਂਦਾ ਫਿਰ ਵੀ ਉਹਦੇ ਘਰ ਜਾ ਕੇ ਪਤਾ ਕੀ ਕਹਿੰਦੇ ਜੇ ਭੁੱਲ ਗਏ ਤੁਹਾਡੇ ਪਿੰਡਾਂ 'ਚ ਕਿ ਬੀਬੀਆਂ ਜਾਂਦੀਆਂ ਕਿਤੇ ਅਫਸੋਸ ਕਰਨ ਹੈ ਨਾ ਉੱਥੇ ਜਾ ਕੇ ਨਾ ਜਿਹਦੇ ਘਰ ਕੇ ਮੰਨ ਲਓ ਕਿ ਇਹਦੇ ਘਰ ਜਵਾਨ ਪੁੱਤਰ ਮਰਿਆ ਵਾ ਉਹ ਜਾ ਕੇ ਪਤਾ ਐਵੇਂ ਦਾ ਉਹਨੂੰ ਸੁਝਾਅ ਦੇਣਗੀਆਂ ਕਹਿਣਗੀਆਂ ਕਿ ਭੈਣ ਜੀ ਬੜਾ ਹੀ ਬੁਰਾ ਹੋ ਗਿਆ ਕਿ ਤੁਹਾਡੇ ਘਰ ਰੱਬ ਦਾ ਭਾਣਾ ਵਰਤ ਗਿਆ ਹੈ ਨਾ ਉਹਨੂੰ ਇਹੋ ਜਿਹੀਆਂ ਗੱਲਾਂ ਕਰਨਗੀਆਂ ਇੰਨਾ ਡਰਾਉਣਗੀਆਂ ਉਹਨੂੰ ਉਹ ਜਿਹੜਾ ਸੁਣਨ ਡਿਆ ਹੋਗਾ ਨਾ ਜਿਹਦੇ ਘਰ ਮੌਤ ਹੋਈ ਹੋਏਗੀ ਉਹ ਸੋਚੇਗਾ ਕਿ ਰੱਬ ਨੇ ਜਿੰਨਾ ਦੁਨੀਆਂ ਦਾ ਬੁਰਾ ਕੰਮ ਕਰਨਾ ਇਹਨਾਂ ਉਹ ਸਾਰਾ ਮੇਰੇ 'ਤੇ ਸੁੱਟ ਦਿੱਤਾ ਇਹਨਾਂ ਨੂੰ ਡਰਾ ਦਿੰਦੀ ਹੈ ਕਿ ਜੋ ਵੀ ਬੁਰਾ ਕਰਨਾ ਰੱਬ ਨੇ ਮੇਰਾ ਹੀ ਕਰਤਾ ਸਾਰਾ ਇੱਕੋ ਵਾਰ ਮੇਰੇ ਘਰ ਮੌਤ ਕਰ ਦਿੱਤੀ ਹੈ ਮਤਲਬ ਕਿ ਅਸੀਂ ਰੱਬ ਦੇ ਭਾਣੇ ਨੂੰ ਉਹਦੀ ਰਜ਼ਾ ਨੂੰ ਨਹੀਂ ਸਮਝਿਆ ਠੀਕ ਹੈ ਹੁਣ ਰੱਬ ਨੇ ਜਿਵੇਂ ਤੁਹਾਨੂੰ ਸਰੀਰ ਦੱਸਿਆ ਸਰੀਰ ਦੇ ਵਿੱਚ ਹੁਣ ਤੁਸੀਂ ਰੋਟੀ ਪਾਉਂਦੇ ਰੋਟੀ ਰੋਟੀ ਖਾਂਦੇ ਆ ਨਾ ਸਾਰਿਆਂ ਨੇ ਕਾਹਦੇ ਲਈ ਖਾਂਦੇ ਭਲਾ ਰੋਟੀ ਸ਼ੌਂਕ ਹੈ ਤੁਹਾਡਾ ਹਾਂ ਅਮੀਰ ਹੋ ਤਾਂ ਕਰਕੇ ਖਾਂਦੇ ਬੜੇ ਸੋਹਣੇ ਤਾਂ ਕਰਕੇ ਖਾਂਦੇ
ਕਿਉਂ ਖਾਂਦੇ ਰੋਟੀ? ਭੁੱਖ ਲੱਗਦੀ ਨਾ ਜਿਉਂਦੇ ਰਹਿਣ ਲਈ ਵੀ, ਸਰੀਰ ਮੰਗਦਾ ਨਾ ਰੋਟੀ, ਮੈਨੂੰ ਭੁੱਖ ਲੱਗੀ ਰੋਟੀ ਦਿਓ, ਹੈ ਨਾ? ਅਤੇ ਤੁਹਾਡਾ ਧਰਮ ਕੀ ਇਹਨੂੰ ਰੋਟੀ ਖਵਾਉਣਾ? ਜੇ ਤੁਸੀਂ ਨਾ ਖਵਾਉਂਦੇ ਜਿੰਦਾ ਰਹੂਗਾ? ਫਿਰ ਤੁਸੀਂ ਧਰਮੀ ਤਾਂ ਹੈਗੇ ਜੇ ਤੁਸੀਂ ਫਿਰ ਆਪਣੇ ਸਰੀਰ ਨੂੰ ਰੋਟੀ ਦਾ ਖਵਾਉਂਦੇ ਪਏ ਹੋ, ਤੁਸੀਂ ਧਰਮੀ ਨਹੀਂ ਹੈਗੇ। ਉਹ ਗੱਲ ਵੱਖਰੀ, ਜਦੋਂ ਤੁਸੀਂ ਇਹ 'ਚ ਗਲਤ ਚੀਜ਼ ਪਾਉਂਦੇ ਹੋ ਤੁਸੀਂ ਆਪਣਾ ਧਰਮ ਭ੍ਰਸ਼ਟ ਕਰ ਦਿੰਦੇ ਜੀ। ਠੀਕ ਹੈ, ਇਹ ਸਰੀਰ ਨੂੰ ਆਪਣੇ ਸਰੀਰ ਦੀ ਸੰਭਾਲ ਕਰਨਾ, ਇਹਨੂੰ ਵਹਿਮਾਂ ਭਰਮਾਂ ਤੋਂ ਬਚਾਉਣਾ, ਪਖੰਡਾਂ ਤੋਂ ਬਚਾਉਣਾ, ਇਹ ਧਰਮ ਹੈ ਬੰਦੇ ਦਾ। ਠੀਕ ਹੈ, ਗਾਤਰਾ ਪਾ ਲੈਣਾ, ਕੰਘਾ ਲਾ ਲੈਣਾ, ਕੇਸਾਂ ਦੀ ਸੰਭਾਲ ਕਰਨਾ, ਕਛਹਿਰਾ ਪਾਉਣਾ, ਕੜਾ ਰੱਖਣਾ ਆਪਣੇ ਕੋਲ, ਇਹ ਗੁਰੂ ਸਾਹਿਬ ਨੇ ਇੱਕ ਸਾਨੂੰ ਸਕੂਲ ਦੇ ਵਿੱਚ ਦਾਖਲਾ ਦਿੱਤਾ ਹੈ, ਜਿੱਥੋਂ ਆਪਣੀ ਪਹਿਚਾਣ ਹੋ ਸਕੇ ਕਿ ਅਸੀਂ ਗੁਰੂ ਨਾਨਕ ਦੇ ਘਰ ਰਹੇ, ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ, ਵਿਦਿਆਰਥੀ ਹਾਂ, ਸਿੱਖ ਹਾਂ, ਇਹਨਾਂ ਦੇ ਕੋਲੋਂ ਅਸੀਂ ਸਿੱਖਦੇ ਹਾਂ ਜ਼ਿੰਦਗੀ ਜਿਉਣ ਦਾ ਢੰਗ। ਠੀਕ ਹੈ, ਪਰ ਇਹ ਸਿੱਖੀ ਨਹੀਂ ਹੈਗੀ, ਇਹਨੂੰ ਆਪਾਂ ਸਿੱਖੀ ਨਹੀਂ ਕਹਿ ਸਕਦੇ ਕਿ ਇਹੀ ਸਿੱਖੀ ਹੈ। ਸਿੱਖੀ ਇੱਕ ਸੋਚ ਦਾ ਨਾਮ ਹੈ। ਠੀਕ ਹੈ, ਸਿੱਖੀ ਇੱਕ ਕੀ ਹੈ? ਸੋਚ ਹੈ, ਜਿੱਥੇ ਬੰਦੇ ਦੀ ਸੁਰਤ ਘੜੀ ਜਾਂਦੀ ਹੈ, ਜਿੱਥੇ ਬੰਦੇ ਨੂੰ ਜਿਹੜਾ ਤੁਸੀਂ ਕਹਿੰਦੇ ਨਾ ਦਸਵਾਂ ਦੁਆਰ, ਉਹ ਗੁਰੂ ਦੇ ਘਰ ਅੱਗੇ ਖੁੱਲ੍ਹਦਾ, ਉੱਚੀ ਮੱਤ ਦੇ ਨਾਲ, ਉੱਚੀਆਂ ਚੰਗੀਆਂ ਗੱਲਾਂ ਦੇ ਨਾਲ, ਚੰਗੇ ਕਰੈਕਟਰ ਦੇ ਨਾਲ। ਜਾਓ ਜੀ, ਟੈਂਕੀ ਬਹੁਤ ਥੋੜ੍ਹੀ ਭਰੀ ਹੈ, ਪਾਣੀ ਥੋੜ੍ਹਾ ਪੀ, ਹੋਰ ਵੀ ਕਿਸੇ ਨੇ ਜਾਣਾ ਜਾ ਸਕਦੇ ਹੋ ਪਾਣੀ ਪੀ, ਪਰ ਸਾਰੇ ਮੈਂ ਦੂਰ ਨੂੰ ਜਾ ਕੇ ਦੋ ਜਾਣੇ ਜਾ ਆ ਕੇ ਆਪੀ ਬੈਠਦੇ ਜੇ। ਹੁਣ ਮੇਰੀ ਗੱਲ ਸੁਣੋ, ਇੱਧਰ ਧਿਆਨ ਦਿਓ। ਗੁਰਬਾਣੀ ਕਹਿੰਦੀ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਹੈ ਨਾ? ਪਰ ਜੇ ਉਹਦੇ ਜ਼ਿੰਦਗੀ ਦੇ ਵਿੱਚ ਉਹਨੇ ਰੱਬ ਦੇ ਨਾਲ ਪਿਆਰ ਨਾ ਕੀਤਾ, ਰੱਬ ਦੀਆਂ ਆਪਣੇ ਦਿੱਤੇ ਸਰੀਰ ਦੇ ਨਾਲ ਪਿਆਰ ਨਹੀਂ ਕੀਤਾ, ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਵੀ ਪਤਾ ਮੈਂ ਮਰ ਜਾਣਾ ਨਾ ਜਲਦੀ, ਮੇਰੇ ਸਰੀਰ ਨੂੰ ਕੈਂਸਰ ਹੋ ਜਾਣੀ ਜਾਂ ਹੋਰ ਕੋਈ ਬਿਮਾਰੀ ਲੱਗ ਜਾਣੀ, ਉਹਨੂੰ ਵੀ ਪਤਾ ਹੈ ਨਾ, ਪਰ ਫਿਰ ਵੀ ਉਹ ਰੱਬ ਦੀ ਚੀਜ਼ ਦੇ ਨਾਲ ਪਿਆਰ ਨਹੀਂ ਕਰਦਾ, ਹੈ ਨਾ? ਆਪਣੀ ਹੋਰ ਗੱਲ, ਇੱਧਰ ਬੱਚੇ ਇੱਧਰ ਧਿਆਨ ਦਿਓ, ਬਾਅਦ 'ਚ ਬਾਅਦ ਕੇਸ ਕੀ ਬਾਅਦ ਸਵਾਲ, ਤੁਹਾਡੇ ਦੋਸਤ ਸਹੇਲੀਆਂ ਹੁੰਦੀਆਂ ਨਾ, ਹੈ ਨਾ? ਜਦੋਂ ਤੁਹਾਡਾ ਕੋਈ ਜਨਮ ਦਿਨ ਹੋਵੇ ਜਾਂ ਕੋਈ ਖੁਸ਼ੀ ਦਾ ਮੌਕਾ ਹੋਏ, ਤੁਹਾਨੂੰ ਕੋਈ ਤੋਹਫ਼ਾ ਦਿੰਦਾ ਗਾ, ਤੋਹਫ਼ਾ ਦਿੰਦਾ ਨਾ ਤੁਹਾਨੂੰ, ਪ੍ਰੈਜੈਂਟ ਗਿਫਟ ਕਰਦੇ ਨਾ ਤੁਹਾਨੂੰ ਕੋਈ ਗਿਫਟ, ਅਤੇ ਤੁਸੀਂ ਜੇ ਤੁਹਾਨੂੰ ਕਿਸੇ ਤੁਹਾਡੇ ਦੋਸਤ ਨੇ ਜਾਂ ਸਹੇਲੀ ਨੇ ਗਿਫਟ ਦਿੱਤਾ, ਤੁਸੀਂ ਉਹਨੂੰ ਉਸੇ ਵੇਲੇ ਦੇ ਅੱਖਾਂ ਸਾਹਮਣੇ ਸੁੱਟ ਦਿੰਦੇ, ਕੀ ਕਰਦੇ ਜੀ? ਸਭ ਕੇ ਰੱਖਦੇ ਨਾ ਕਦੇ, ਅਤੇ ਜੇ ਘਰ ਚਲੇ ਜਾਂਦੇ ਹੋ ਇੱਕ ਦੋ ਦਿਨ ਰੱਖ ਕੇ ਉਹਨੂੰ ਬਾਅਦ ਬਾਹਰ ਸੁੱਟ ਦਿੰਦੇ, ਕਿਉਂ ਸੁੱਟਦੇ? ਕਿਉਂ ਨਹੀਂ, ਫਰੀ ਦੀ ਚੀਜ਼ ਹੈ, ਸੁੱਟਦੇ ਅਗਰ ਉਹ ਫਿਰ ਕੀ ਹੈ, ਤੁਸੀਂ ਕਿਹੜਾ ਪੈਸੇ ਖਰਚੇ ਉੱਤੇ, ਫਰੀ ਨਹੀਂ ਮਿਲਿਆ ਹੁੰਦਾ, ਫਰੀ ਨਹੀਂ ਹੁੰਦਾ, ਸੁੱਟ ਸਕਦੇ ਨਾ ਆਪਾਂ, ਫਿਰ ਸੁੱਟਦੇ ਕਿਉਂ ਨਹੀਂ ਆਪਾਂ? ਉਹਦੇ ਪੈਸੇ ਲੱਗੇ ਹੁੰਦੇ ਆ, ਪਰ ਆਪਾਂ ਇੱਕ ਹੋਰ ਵੀ ਗੱਲ ਹੈ ਨਾ ਕਿ ਆਪਾਂ ਸਾਡੇ ਦੋਸਤ ਨੇ ਆਪਾਂ ਨੂੰ ਦਿੱਤੀ, ਇਹ ਵੀ ਤਾਂ ਗੱਲ ਹੈ ਨਾ, ਤੁਸੀਂ ਰਾਹ ਹੀ ਤੁਰੇ ਜਾਂਦੇ, ਤੁਹਾਨੂੰ ਕੋਈ ਪਾਣੀ ਪੈ ਆਉਂਦਾ ਉਹ ਵੀ ਫਰੀ ਦਾ ਹੁੰਦਾ, ਪੀ ਲੈਂਦੇ ਹੋ ਨਾ, ਫਰੀ ਦੀ ਚੀਜ਼ ਹੈ, ਜੋ ਵੀ ਪੈਣੀ ਉਹੀ ਪਾਣੀ ਪੈ ਸਕਦਾ ਮਿਲਦਾ, ਇਹ ਲੈ ਕੇ ਪੀਂਦੇ ਹੋ, ਉਹੀ ਪਾਣੀ ਜਿਹੜਾ ਫੋਕਾ ਪਾਣੀ ਤੁਹਾਨੂੰ ਪੈਸਾ ਦਿੱਤਾ ਜਾਂ ਕੋਈ ਪੀ ਲੂਗਾ ਲੈ ਕੇ, ਚਾਹੇ ਮਰ ਜੇ ਬੰਦਾ ਫਿਰ ਵੀ ਪੈਸੇ ਖਰਚੂ, ਹੁੰਦਾ ਨਾ ਕਿ ਨਹੀਂ, ਇੱਦਾਂ ਹੁੰਦਾ ਕਿ ਨਹੀਂ? ਮਤਲਬ ਕਿ ਇਨਸਾਨ ਦੀ ਫਿਤਰਤ ਦੇ ਵਿੱਚ, ਸੁਭਾਅ ਵਿੱਚ ਇਹ ਗੱਲ ਪੱਕੀ ਤਰ੍ਹਾਂ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਫਰੀ ਦੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ, ਹਰ ਜਿਹੜੀ ਫਰੀ ਦੀ ਚੀਜ਼ ਹੁੰਦੀ ਹੈ, ਮੁਫ਼ਤ ਦੀ ਚੀਜ਼ ਹੁੰਦੀ ਹੈ, ਉਹ ਕੋਈ ਖਾਸ ਮਹਿੰਗੀ ਨਹੀਂ ਹੁੰਦੀ, ਉਹਦੀ ਕੋਈ ਇੱਜ਼ਤ ਨਹੀਂ ਹੁੰਦੀ, ਕੋਈ ਕਦਰ ਨਹੀਂ ਹੁੰਦੀ, ਹੈ ਨਾ? ਬਣ ਚੁੱਕਿਆ ਨਾ ਇਨਸਾਨ ਦਾ ਸੁਭਾਅ, ਹੈ ਰੱਬ ਨੇ ਸਾਰਿਆਂ ਨੂੰ ਸਰੀਰ ਦਿੱਤਾ ਨਾ, ਦਿੱਤਾ ਨਾ, ਜਦੋਂ ਤੁਸੀਂ ਰੱਬ ਕੋਲ ਇੱਥੇ ਦੁਨੀਆਂ 'ਤੇ ਪੈਦਾ ਹੋਏ, ਇੱਧਰ ਧਿਆਨ ਦਿਓ, ਪਿੱਛੋਂ ਜਾਈ ਜਾਓ, ਬੈਠੀ ਜਾਓ, ਪਰ ਜ਼ਿਆਦਾ ਧਿਆਨ ਦਿਓ, ਜੋ ਤੁਸੀਂ ਰੱਬ ਕੋਲੋਂ, ਰੱਬ ਨੇ ਤੁਹਾਨੂੰ ਜਨਮ ਦਿੱਤਾ, ਤੁਸੀਂ ਰੱਬ ਨੂੰ ਪੈਸੇ ਦੇ ਕੇ ਆਏ ਸੀ ਕਿ ਮੈਨੂੰ ਸੋਹਣਾ ਜਿਹਾ ਸਰੀਰ ਦੇ ਦੇ, ਕੋਈ ਪੈਸਾ ਦੇ ਕੇ ਆਏ? ਮੇਰੀ ਅੱਖਾਂ ਮੇਰੀਆਂ ਬਿੱਲੀਆਂ ਬਣਾ ਲਈ, ਹੈਂ, ਕੰਨ ਮੇਰੇ ਇੰਨੇ ਸੋਹਣੇ ਹੋਣ ਕਿ ਜੇ ਕੋਈ ਦੇਖੇ ਦੂਜਿਆਂ ਵਰਗੇ ਕਿਸੇ ਨਾਲ ਨਾ ਰਲਦੇ ਹੋਣ, ਇੰਨੇ ਪੈਸੇ ਦੇ ਕੇ ਆਏ ਰੱਬ ਨੂੰ ਕਿ ਮੇਰਾ ਸਰੀਰ ਕੱਦ ਕਾੜ ਬੜਾ ਉੱਚਾ ਲੰਮਾ ਹੋਵੇ, ਪੈਸੇ ਦੇ ਕੇ ਆਇਆ ਰੱਬ ਨੂੰ, ਕੋਈ ਦੇ ਕੇ ਆਇਆ ਹੋਵੇ, ਦੱਸੋ ਕੋਈ ਪੈਸੇ ਦੇ ਕੇ ਆਇਆ ਰੱਬ ਨੂੰ ਇਸ ਕੰਮ ਲਈ? ਨਹੀਂ ਨਾ, ਫਰੀ ਹੈ ਨਾ, ਤਾਂ ਹੀ ਤਾਂ ਆਪਾਂ ਇਹਦੀ ਅਜੇ ਕਦਰ ਨਹੀਂ ਕਰਦੇ। ਤੁਸੀਂ ਮੇਰੀ ਗੱਲ ਸੁਣੋ, ਇੱਕ ਧਿਆਨ, ਜੇ ਅੱਜ ਇੱਕ ਬੰਦੇ ਦੀਆਂ ਅੱਖਾਂ 'ਚੋਂ ਨਜ਼ਰ ਖਤਮ ਹੋ ਜਾਵੇ, ਅੱਖਾਂ ਨਹੀਂ ਨਜ਼ਰ ਖਤਮ ਹੋ ਜਾਵੇ, ਮਤਲਬ ਕਿ ਉਹ ਦੇਖ ਨਾ ਸਕੇ,
ਜਿਹਨੂੰ ਤੁਸੀਂ ਅੰਧਾ ਅੰਨਾ ਕਹਿੰਦੇ ਨੇ ਹੈ ਨਾ, ਅਤੇ ਕੀ ਉਹ ਬੰਦਾ ਆਪਣੇ ਵਾਂਗੂ ਇਸ ਦੁਨੀਆਂ ਦੇ ਉੱਤੇ ਚੱਲ ਫਿਰ ਸਕੂਗਾ, ਕੋਈ ਦੁਨੀਆਂ 'ਚ ਚੀਜ਼ ਦੇਖ ਸਕੂਗਾ? ਨਹੀਂ ਨਾ। ਅਤੇ ਜੇ ਉਹ ਬੰਦੇ ਨੂੰ ਆਪਾਂ ਅੱਖਾਂ ਲਾਉਣੀਆਂ, ਉਹਦੀ ਅੱਖਾਂ ਵਿੱਚ ਨਜ਼ਰ ਲਿਆਉਣੀ ਹੋਏ, ਅੱਖਾਂ ਬਦਲਾਉਣੀਆਂ ਹੋਣ, ਹੋ ਜਾਂਦੇ ਆ ਨਾ ਮੈਡਮ ਜੀ ਓਪਰੇਸ਼ਨ ਦੇ ਨਾਲ ਅੱਖਾਂ ਬਦਲੀਆਂ ਜਾ ਸਕਦੀਆਂ, ਕਿਸੇ ਦੂਜੇ ਬੰਦੇ ਦੀਆਂ ਅੱਖਾਂ ਵਿੱਚ ਪੈ ਸਕਦੀਆਂ ਹਾਂਜੀ? ਨਹੀਂ, ਜਦੋਂ ਓਪਰੇਸ਼ਨ ਕਰਕੇ ਆਪਾਂ ਕਿਸੇ ਦੀਆਂ ਅੱਖਾਂ ਦੂਜੇ ਬੰਦੇ ਦੇ ਅੱਖਾਂ 'ਚ ਲਾ ਸਕਦੇ ਨਾ, ਅੱਖਾਂ 'ਚ ਜਦ ਹੋ ਜਾਂਦਾ ਇੱਦਾਂ, ਓਪਰੇਸ਼ਨ ਕਰਕੇ ਕਿਸੇ ਬੰਦੇ ਦੀਆਂ ਅੱਖਾਂ ਕਿਸੇ ਦੂਜੇ ਨੂੰ ਲੱਗ ਜਾਂਦੀਆਂ, ਠੀਕ ਹੈ? ਅਤੇ ਜੇ ਆਪਾਂ ਜਿਹੜੇ ਬੰਦੇ ਦੀਆਂ ਅੱਖਾਂ ਨਹੀਂ ਹੈਗੀਆਂ ਉਹਨੂੰ ਜੇ ਉਹਦੀਆਂ ਅਸਲੀ ਨਵੀਆਂ ਅੱਖਾਂ ਲਾਉਣੀਆਂ ਹੋਣ ਤਾਂ ਕਿੰਨਾ ਖਰਚਾ ਆ ਜਾਂਦਾ ਹੋਊਗਾ? 10 ਪੈਸੇ, 20 ਪੈਸੇ, 50 ਪੈਸੇ, 10 ਰੁਪਏ, ਕਿੰਨਾ ਕੁ? ਬਲਕਿ ਜਿੰਨਾ ਆਪਣੇ ਕੋਲ ਹੁਣ ਇਸ ਟਾਈਮ ਨਹੀਂ ਹੈਗਾ ਉੰਨਾ ਹੋ ਸਕਦਾ ਹੈ, ਬਹੁਤ ਸਾਰਾ ਹੈ ਨਾ, ਲੱਖ ਤੋਂ ਵੀ ਜ਼ਿਆਦਾ ਹੋ ਸਕਦਾ, ਹੋ ਸਕਦਾ ਨਾ। ਪੈਸੇ ਤਾਂ ਲੱਗਣਗੇ ਕਿ ਨਹੀਂ? ਮਰੀਜ਼ ਨੇ ਨਾ ਕੋਈ ਡਾਕਟਰ ਲਾਊਗਾ? ਹੁਣ ਕੋਈ ਜਿਹੜੀਆਂ ਅੱਖਾਂ ਰੱਬ ਨੇ ਦਿੱਤੀਆਂ, ਜਿਹੜੀਆਂ ਅੱਖਾਂ ਰੱਬ ਨੇ ਦਿੱਤੀਆਂ ਉਹਨੂੰ ਆਪਾਂ ਸੰਭਾਲਿਆ ਨਹੀਂ, ਉਹਦੀ ਸੰਭਾਲ ਨਹੀਂ ਕੀਤੀ ਹੈ ਨਾ, ਇਹਨੇ ਸੰਭਾਲ ਕੀਤੀ, ਤਾਂ ਹੀ ਅੱਜ ਮੇਰੀ ਵੀ ਐਨਕਾਂ ਲੱਗੀ ਹੈ ਨਾ, ਕਿਉਂਕਿ ਪਹਿਲਾਂ ਮੈਂ ਵੀ ਜਿਹੜਾ ਟੀ ਵੀ ਵੇਖਦਾ ਹੋਣਾ, ਜ਼ਿਆਦਾ ਬਹਿ ਕੇ ਕਿਤਾਬਾਂ ਲਾ ਕੇ ਬਹਿ ਕੇ ਪੜ੍ਹੀ ਜਾਂਦਾ ਹੋਊਗਾ, ਲਾ ਕੇ ਬਹਿ ਕੇ ਟੀ ਵੀ ਵੇਖਦਾ ਹੋਊਗਾ, ਇਹੀ ਅਸਰ ਪਿਆ ਨਾ ਆਪਣੇ ਅੱਖਾਂ 'ਤੇ ਕਿ ਨਹੀਂ? ਮਤਲਬ ਕਿ ਆਪਾਂ ਪਹਿਲਾਂ ਸੰਭਾਲ ਨਹੀਂ ਕਰਦੇ, ਬਾਅਦ 'ਚ ਆਪਾਂ ਇਹ ਕਹਿੰਦੇ ਹਾਂ ਯਾਰ ਰੱਬ ਨੇ ਖਰਾਬ ਕਰਦੀ ਹੈ ਨਾ, ਜੇ ਵਧੀਆ ਅੱਖਾਂ ਦੇਣ ਦਾ ਤਾਂ ਸ਼ਾਇਦ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਨਾ, ਰੱਬ ਨੇ ਮਾੜੀਆਂ ਮਾੜੀ ਕੁਆਲਿਟੀ ਦੀਆਂ ਅੱਖਾਂ ਦਿੱਤੀਆਂ ਆਪਾਂ, ਸੋਚਦੇ ਹੋਵਾਂਗੇ ਨਾ ਆਪਾਂ ਕਿ ਨਹੀਂ? ਮਤਲਬ ਕਿ ਹਰ ਗੱਲ 'ਤੇ ਆਪਾਂ ਰੱਬ ਦਾ ਦੋਸ਼ ਹੈ। ਹੁਣ ਜਿਹੜੇ ਡਾਕਟਰ ਨੇ ਆਪਣੇ ਕੋਲ ਪੈਸੇ ਲੈ ਕੇ ਕਰਨੇ ਆ, ਉਹ ਖਰਚਾ ਲੈ ਕੇ ਕਰਦਾ ਪਿਆ ਨਾ, ਪੈਸੇ ਲੈ ਕੇ ਆਪਾਂ ਰੋਖਾ ਦਿੰਦਾ ਪਿਆ, ਅਤੇ ਜਿਹੜੀ ਰੱਬ ਨੇ ਫ੍ਰੀ ਚੀਜ਼ ਦਿੱਤੀ ਉਹਨੂੰ ਆਪਾਂ ਸੰਭਾਲਣਾ ਨਹੀਂ, ਇਹ ਵੀ ਤਾਂ ਇੱਕ ਗਿਫਟ ਹੀ ਹੈ ਰੱਬ ਦਾ। ਸਾਰਾ ਸਰੀਰ, ਅੱਖਾਂ ਬੜੀਆਂ ਕੀਮਤੀ ਨੇ, ਕੰਨ, ਆਪਾਂ ਦੁਨੀਆਂ ਦੀ ਕੋਈ ਵੀ ਚੀਜ਼ ਨਾ ਸੁਣ ਸਕਦੇ, ਅੱਖਾਂ ਨਾਲ ਹਰ ਕੋਈ ਦੇਖ ਸਕਦੇ ਦੁਨੀਆਂ 'ਚ, ਦੰਦਾਂ ਨਾਲ, ਨੂੰਹ ਨਾਲ ਕੁਛ ਵੀ ਖਾ ਸਕਦੇ ਹਾਂ, ਜ਼ਬਾਨ ਨਾਲ ਆਪਾਂ ਦੁਨੀਆਂ ਦਾ ਕੋਈ ਵੀ ਅੱਖਰ ਬੋਲ ਸਕਦੇ ਹਾਂ, ਕਿਸੇ ਬੰਦੇ ਨੂੰ ਆਪਾਂ ਆਪਣੀ ਗੱਲ ਕਹਿ ਸਕਦੇ ਕੋਈ ਵੀ ਹੈ ਨਾ, ਆਪਾਂ ਪੈਰਾਂ ਦੇ ਨਾਲ ਚੱਲ ਕੇ ਕਿਤੇ ਹੁੰਦੇ ਹਾਂ, ਦੂਰ ਦੂਰ ਕੋਨਿਆਂ ਤੱਕ ਜਾ ਸਕਦੇ ਹਾਂ, ਹੱਥਾਂ ਨਾਲ ਆਪਾਂ ਦੁਨੀਆਂ ਦਾ ਕੋਈ ਵੀ ਕੰਮ ਕਰ ਸਕਦੇ ਹਾਂ, ਕਰ ਸਕਦੇ ਹਾਂ ਨਾ। ਆਪਣੇ ਸਰੀਰ ਨੂੰ ਢਿੱਡ ਇਹੋ ਜਿਹਾ ਲਾਤਾ, ਆਪਾਂ ਜੋ ਵੀ ਖਾਈਏ, ਜਿਵੇਂ ਦਾ ਖਾਈਏ ਆਪਾਂ ਨੂੰ ਉਵੇਂ ਦਾ ਪਚਾ ਕੇ ਆਪਣੇ ਸਰੀਰ 'ਤੇ ਉਹਦਾ ਅਸਰ ਹੋ ਜਾਂਦਾ। ਜੇ ਕੋਈ ਬੰਦਾ ਘਿਓ ਖਾਂਦਾ, ਰੋਟੀ ਖਾਂਦੀ ਖਾਂਦਾ, ਦੁੱਧ ਪੀਂਦਾ, ਇੰਨਾ ਮੋਟਾ ਹੁੰਦਾ ਨਾ, ਜਿਹੜਾ ਸ਼ਰਾਬ ਪੀ ਕੇ ਨਸ਼ੇ ਖਾ ਖਾ ਕੇ ਨਸ਼ਾ ਖਾਂਦਾ, ਉਹਦਾ ਸਰੀਰ ਕਿਵੇਂ ਹੋਊਗਾ? ਮਰੀ ਗਿਆ ਜਿਹਾ। ਪਰ ਕਈ ਮੋਟੇ ਵੀ ਹੋ ਜਾਂਦੇ, ਉਹ ਫੁੱਲ ਜਾਂਦੇ ਐਵੇਂ, ਉਹਨਾਂ ਅੰਦਰ ਪਾਣੀ ਭਰ ਜਾਂਦਾ ਹੈ ਨਾ, ਮਾੜੀ ਚੀਜ਼ ਦਾ ਤਾਂ ਮਾੜਾ ਹੀ ਅਸਰ ਹੁੰਦਾ ਨਾ ਕਿ ਨਹੀਂ? ਜਦੋਂ ਪਿਆਸ ਲੱਗਦੀ ਹੈ ਤੁਹਾਨੂੰ, ਤੁਹਾਡੇ ਸਰੀਰ ਨੂੰ ਰੋਟੀ ਖਾਂਦੇ ਜੀ? ਕੀ ਖਾਂਦੇ? ਜਿਹੜੀ ਚੀਜ਼ ਦੀ ਲੋੜ ਆ ਉਹੀ ਕਰਦੇ ਹਨ। ਜਦੋਂ ਸਰੀਰ ਨੂੰ ਚੰਗੇ ਕੰਮ ਕਰਨ ਦੀ ਲੋੜ ਆ, ਉਦੋਂ ਆਪਾਂ ਇਹਨੂੰ ਕਰਨੇ ਆ, ਆਪਾਂ ਇਹਨੂੰ ਕਹਿੰਦੇ ਨਸ਼ਾ ਖਾ ਹੈ ਨਾ, ਸ਼ਰਾਬ ਪੀ, ਤੰਬਾਕੂ ਪਾ, ਇਹੋ ਜਿਹੀਆਂ ਚੀਜ਼ਾਂ। ਮਤਲਬ ਕਿ ਪੁੱਠੇ ਪਾਸੇ ਰੱਬ ਨੇ ਕਿਹਾ ਸੀ ਕਿ ਤੈਨੂੰ ਕੇਸ ਦਿੱਤੇ ਆ, ਸਾਰਾ ਸਰੀਰ ਦਿੱਤਾ, ਇਹ ਸੰਭਾਲ ਕਰ ਹੈ ਨਾ, ਉਹ ਬੱਚੇ ਹੋ ਇਹੀ ਕਿਹਾ ਨਾ, ਅਤੇ ਆਪਾਂ ਸੰਭਾਲ ਕੀਤੀ ਇਹਦੀ? ਆਪਣੇ ਡੈਡੀ, ਆਪਣੇ ਚਾਚੇ ਤਾਏ, ਜੋ ਵੀ ਆਪਣੇ ਰਿਸ਼ਤੇਦਾਰ ਨੇ ਉਹ ਕਰਦੇ ਆ ਆਪਣੇ ਸਰੀਰ ਨੂੰ, ਪਹਿਲਾਂ ਆਪਣੇ ਕੇਸ ਕਈ ਕੱਟਦੇ ਆ, ਆਪਣੇ ਭਰਾ ਵੀ ਹੁੰਦੇ ਆ ਕਈ ਵੱਡੇ ਹੈ ਨਾ, ਕੇਸਾਂ ਨੂੰ ਕੱਟਦੇ ਆ, ਰੋਮਾਂ ਦੀ ਬਿੱਦ ਵੀ ਕਰਦੇ ਆ, ਆਪਣੇ ਸਰੀਰ ਤੋਂ ਹੋਰ ਕੱਟਦੇ ਆ, ਆਪਣੀਆਂ ਦਾੜੀ ਮੁੱਛ ਸਾਰੀ ਬਣਾ ਦਿੰਦੇ ਆ, ਕਰਦੇ ਆ ਨਾ ਸਾਰੇ, ਸ਼ਰਾਬ ਪੀਂਦੇ ਆ, ਹਰ ਹੋਰ ਵੀ ਕਈ ਤਰ੍ਹਾਂ ਨਸ਼ੇ ਕਰਦੇ ਆ, ਕਰਦੇ ਆ ਨਾ। ਗਿਫਟ ਨੂੰ ਕੋਈ ਬੰਦਾ ਇੱਦਾਂ ਖਰਾਬ ਕਰਦਾ? ਜੇ ਕੋਈ ਤੋਹਫਾ ਹੋਏ, ਜੇ ਕੋਈ ਮੰਨ ਲਓ ਤੁਹਾਨੂੰ ਕਿਸੇ ਨੇ ਡੋਲ ਦਿੱਤੀ ਹੈ, ਕੋਈ ਗੁੜੀਆ ਦਿੱਤੀ ਹੈ, ਉਹਦੀਆਂ ਬਾਹਾਂ ਲੱਤਾਂ ਲਾ ਦੀਏ ਤਾਂ ਸੋਹਣੀ ਲੱਗੂਗੀ? ਉਹਦੇ ਸਿਰ ਨੂੰ ਗੰਜਾ ਕਰ ਦੀਏ ਸੋਹਣੀ ਲੱਗੂਗੀ ਕਿ ਨਹੀਂ ਲੱਗੂਗੀ? ਲੱਗੂਗੀ ਨਹੀਂ ਨਾ ਲੱਗੂਗੀ? ਆ ਜਾਂਦਾ ਲੱਗੂਗੀ, ਨਹੀਂ ਲੱਗੂਗੀ, ਕਿਉਂਕਿ ਰੱਬ ਨੇ ਆਪਣੇ ਸਰੀਰ 'ਚ ਕੋਈ ਵੀ ਮਾੜੀ ਚੀਜ਼ ਨਹੀਂ ਪਾਈ ਹੈਗੀ। ਜੇ ਕੰਨ ਦਿੱਤੇ ਆ ਚੰਗੇ ਕੰਮ ਲਈ ਦਿੱਤੇ ਆ, ਚੰਗਾ ਸੁਣਨ ਲਈ, ਜੇ ਅੱਖਾਂ ਦਿੱਤੀਆਂ ਚੰਗਾ ਦੇਖਣ ਦੇ ਲਈ, ਦੰਦ ਦਿੱਤੇ ਸੁਣਨ ਲਈ ਹੈ ਨਾ, ਇਹਦੇ ਵਿੱਚ ਕੋਈ ਮਾੜੀ ਚੀਜ਼ ਤਾਂ ਨਹੀਂ ਨਾ ਆਪਣੇ ਪਾਈ, ਚੰਗਾ ਦਿੱਤਾ ਨਾ। ਹੁਣ ਜੇ ਆਪਾਂ ਕੇਸ ਕੱਟਦੇ ਹਾਂ, ਇਹਦੇ 'ਚ ਰੱਬ ਦਾ ਕੋਈ ਭਾਣਾ ਨਹੀਂ ਹੈਗਾ, ਹੁਕਮ ਤਾਂ ਨਹੀਂ ਹੈਗਾ, ਰੱਬ ਦਾ ਹੁਕਮ ਤਾਂ ਨਹੀਂ ਹੈਗਾ ਕਿ ਰੱਬ ਦਾ ਹੁਕਮ ਹੈ? ਰੱਬ ਨੇ ਤੁਹਾਨੂੰ ਕਹਿ ਕੇ ਭੇਜਿਆ, ਤੁਸੀਂ ਜਾਣਦੇ ਹੋ ਉੱਥੇ ਜਾ ਕੇ, ਜੇ ਵੱਡੇ ਹੋ ਤਾਂ ਕੇਸ ਕਰ ਦਿਓ, ਤੁਸੀਂ ਬਰਾਬਰ ਦੇ ਕੰਮ ਹੋਏ।
ਰੱਬ ਤੇ ਨਾ ਕਿਸੇ ਨੂੰ ਐ ਜੀ ਗਲਤ ਮਤ ਦਿੰਦਾ ਬੰਦਾ ਆ ਵੀ ਕਰਦਾ ਤੇ ਆਪਣੀਆਂ ਹੁਣ ਆਪਣੀਆਂ ਬੀਬੀਆਂ ਆਪਣੀਆਂ ਮੰਮੀਆਂ ਵੱਡੀਆਂ ਭੈਣਾਂ ਪਰ ਵੱਡਿਆਂ ਤੋਂ ਆ ਕੇਸ ਕਟਾਉਂਦੀਆਂ ਨਾ ਕਿ ਨਹੀਂ ਉਹ ਨਹੀਂ ਸੱਚ ਹੈ ਨਾ ਤਿੱਖੇ ਤੀਰ ਵਾਂਗੂ ਬਣਾਉਂਦੀ ਆ ਪਤਾ ਨਹੀਂ ਜਿੱਦਾਂ ਜਾ ਕੇ ਜਾਂਗੇ ਲੜਨਾ ਹੁੰਦਾ ਆਈ ਬਰੋ ਅੰਗਰੇਜ਼ੀ ਆਉਂਦੀ ਤੁਹਾਨੂੰ ਥੈਂਕ ਯੂ ਸਰ ਜੀ ਮਿਲ ਨਹੀਂ ਆਉਂਦੀ ਆਈ ਬਰੋ ਆਈ ਬਰੋ ਪਤਾ ਨਾ ਆਈ ਬਰੋ ਆਪਾਂ ਵੱਡਿਆਂ ਨੂੰ ਕਹਿੰਦੇ ਆ ਆਹ ਵੀਰ ਨੂੰ ਦੱਸਿਆ ਉਹਨੇ ਅਤੇ ਮਤਲਬ ਕਿ ਬੰਦਾ ਸਾਰਾ ਆਪਣੇ ਸਰੀਰ ਦਾ ਸਿਸਟਮ ਆਪ ਖਰਾਬ ਕਰਦਾ ਰੱਬ ਨੇ ਦਿੰਦਾ ਜਿਵੇਂ ਉਹ ਖਰਾਬ ਕਰ ਲਈ ਹੈ ਗੁਰਬਾਣੀ ਕਹਿੰਦੀ ਹੈ ਜਿਹੜੇ ਬੰਦੇ ਆਪਣੇ ਸਰੀਰ ਦੀ ਸੰਭਾਲ ਨਹੀਂ ਨਾ ਕਰਦੇ ਇਹ ਮੰਨਿਆ ਜਾ ਸਕਦਾ ਅਸਲ ਵਿੱਚ ਕਿਹਾ ਜਾ ਸਕਦਾ ਕਿ ਉਹ ਬੰਦੇ ਦਾ ਰੱਬ ਦੇ ਨਾਲ ਪਿਆਰ ਨਹੀਂ ਹੈਗਾ ਜਿਹੜਾ ਬੰਦਾ ਰੱਬ ਦੀ ਦਿੱਤੀ ਚੀਜ਼ ਦੇ ਨਾਲ ਪਿਆਰ ਨਹੀਂ ਕਰਦਾ ਉਹ ਕਦੀ ਰੱਬ ਨਾਲ ਪਿਆਰ ਨਹੀਂ ਕਰ ਸਕਦਾ ਠੀਕ ਹੈ ਜੇ ਉਹਨੂੰ ਰੱਬ ਦੇ ਦਿੱਤੇ ਤੋਹਫੇ ਦੀ ਸਮਝ ਨਹੀਂ ਆਈ ਕਿ ਇਹਨੂੰ ਮੈਂ ਕਿਉਂ ਮੈਨੂੰ ਦਿੱਤਾ ਹੈ ਇਹਦਾ ਮੈਂ ਕੀ ਕਰਨਾ ਜੀ ਕੀ ਕਰਨਾ ਆਇਆ ਜੀ ਦੁਨੀਆ 'ਤੇ ਜੇ ਬੰਦੇ ਨੂੰ ਇਹੀ ਸਮਝ ਨਹੀਂ ਆਈ ਰੱਬ ਬੰਦਾ ਕਦੇ ਵੀ ਸਮਝ ਸਕਦਾ ਕਿ ਰੱਬ ਸਰੀਰ ਤੋਂ ਹੀ ਧਰਮ ਸਿੱਖਿਆ ਜਾ ਸਕਦਾ ਬੰਦਾ ਪੈਸੇ ਕਰਕੇ ਵੀ ਅਮੀਰ ਹੋਵੇ ਪਰ ਗੁਣ ਵੀ ਹੋਣਗੇ ਜ਼ਿੰਦਗੀ ਵਿੱਚ ਇੱਥੇ ਲਿਖਿਆ ਨਾ ਸੁੰਦਰ ਬੜਾ ਸੋਹਣਾ ਹੋਵੇ ਗੁਰਬਾਣੀ ਤਾਂ ਦੱਸਦੇ ਕਿ ਗੁਰਬਾਣੀ ਦੱਸਦੀ ਕਿ ਸੋਹਣੇ ਕਿਹੜੇ ਹੈ ਗੁਰਬਾਣੀ ਕਹਿੰਦੀ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਉਹੀ ਅਸਲ ਵਿੱਚ ਮਨੁੱਖ ਬੰਦੇ ਇਨਸਾਨ ਸੋਹਣੇ ਹੈ ਜਿਨ੍ਹਾਂ ਦਾ ਸਾਧ ਸਾਧ ਕਹਿੰਦੇ ਗੁਰੂ ਗੁਰਬਾਣੀ ਵਿੱਚ ਜਿੱਥੇ ਵੀ ਸਾਧ ਜਾਂ ਸੰਤ ਸ਼ਬਦ ਆਇਆ ਉਹ ਗੁਰੂ ਦੇ ਲਈ ਆਇਆ ਗੁਰਬਾਣੀ ਲਈ ਆਇਆ ਠੀਕ ਹੈ ਠੀਕ ਹੈ ਬੱਚਿਓ ਗੁਰਬਾਣੀ ਕਹਿੰਦੀ ਸਾਧ ਸੰਗ ਜਿਨ ਬਹਿਣੇ ਜਿਹਦੇ ਗੁਰੂ ਦੇ ਨਾਲ ਬਹਿਣ ਖਲੋਣਾ ਚਾਹੀਦਾ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦੀਆਂ ਗੱਲਾਂ ਦੀ ਗੁਰੂ ਦੇ ਦਿੱਤਾਂ ਦੁਆਰਾ ਦਿੱਤੀਆਂ ਚੰਗੀਆਂ ਗੱਲਾਂ ਦੀ ਚੰਗੀਆਂ ਆਦਤਾਂ ਦੀ ਠੀਕ ਹੈ ਅਸਲ ਵਿੱਚ ਉਹੀ ਸੋਹਣਾ ਬੰਦਾ ਸਰੀਰ ਕਰਕੇ ਸੋਹਣਾ ਨਹੀਂ ਹੁੰਦਾ ਠੀਕ ਹੈ ਸਿਰਫ ਚਿੱਟੇ ਰੰਗ ਨੂੰ ਸੋਹਣਾ ਨਹੀਂ ਕਿਹਾ ਜਾਂਦਾ ਬੰਦਾ ਆਪਣੇ ਕੰਮਾਂ ਕਰਕੇ ਗੁਣਾਂ ਕਰਕੇ ਆਪਣੀਆਂ ਚੰਗੀਆਂ ਆਦਤਾਂ ਕਰਕੇ ਚੰਗੇ ਸੁਭਾਅ ਕਰਕੇ ਵੀ ਸੋਹਣਾ ਹੁੰਦਾ ਜਦੋਂ ਕੋਈ ਬੰਦਾ ਮਰ ਜਾਂਦਾ ਆਪਾਂ ਉਹਨੂੰ ਕੀ ਕਹਿੰਦੇ ਹਾਂ ਕਿ ਆਹ ਬੰਦਾ ਬੜਾ ਸੋਹਣਾ ਸੀ ਸਰੀਰ ਦਾ ਵੀ ਕਹਿੰਦੇ ਆਪਾਂ ਉਹਨੂੰ ਕਿ ਬੜਾ ਚੰਗਾ ਇਨਸਾਨ ਸੀਗਾ ਜਾਂ ਆਪਾਂ ਕਹਿੰਦੇ ਕਿ ਬੰਦਾ ਜਿਹੜਾ ਮਰ ਜਾ ਆਪਾਂ ਕਹਿੰਦੇ ਬੜਾ ਬੜਾ ਭੈੜਾ ਇਨਸਾਨ ਹੈ ਬੜਾ ਬੁਰਾ ਸੀ ਉਹਦੇ ਕੰਮਾਂ ਕਰਕੇ ਕਹਿੰਦੇ ਕਿ ਉਹਦੇ ਸਰੀਰ ਕਰਕੇ ਕਹਿੰਦੇ ਆਪਾਂ ਕੰਮਾਂ ਕਰਕੇ ਕਹਿੰਦੇ ਹਾਂ ਨਾ ਕਿ ਆਹ ਬੜੇ ਗੰਦੇ ਗੰਦੇ ਕੰਮ ਕਰਦਾ ਸੀ ਦੁਨੀਆਂ 'ਤੇ ਸਾਰਿਆਂ ਨੂੰ ਮਾੜਾ ਸਮਝਦਾ ਸੀ ਸਾਰਿਆਂ ਨੂੰ ਨਫ਼ਰਤ ਕਰਦਾ ਸੀ ਕੰਮ ਹੀ ਨਾ ਉਹਦੇ ਸੁਭਾਅ ਹੀ ਹੈ ਨਾ ਆਦਤਾਂ ਹੀ ਉਹਦੀਆਂ ਐਵੇਂ ਦੀਆਂ ਹੁਣ ਉਹ ਸੋਚਦਾ ਕਿ ਦੂਜੀ ਸਾਈਡ 'ਤੇ ਉਹ ਬੰਦਾ ਸਾਰਿਆਂ ਨੂੰ ਇੱਕੋ ਜਿਹਾ ਸਮਝ ਕੇ ਸਾਰਿਆਂ ਦਾ ਪਿਆਰ ਨਾਲ ਰਹਿੰਦਾ ਹੈ ਉਹਦੇ ਕੰਮ ਸੀ ਨਾ ਉਹਦਾ ਸੁਭਾਅ ਸੀ ਨਾ ਉਹਦਾ ਉਹ ਬੱਚੇ ਉਹ ਤੁਹਾਡੇ ਨਾਲ ਗੱਲ ਕਰਦਾ ਨਾ ਉਹਦਾ ਸੁਭਾਅ 'ਚ ਹੁੰਦਾ ਨਾ ਸਰੀਰ ਨਾਲ ਕੋਈ ਬੰਦਾ ਕਿਸੇ ਨੂੰ ਪਿਆਰ ਕਰ ਸਕਦਾ ਉਹਦੇ ਮਨ 'ਚ ਪਿਆਰ ਹੋਣਾ ਚਾਹੀਦਾ ਨਾ ਫਿਰ ਹੀ ਬੰਦੇ ਨੂੰ ਬੰਦਾ ਕਿਹਾ ਜਾ ਸਕਦਾ ਹੁਣ ਜੇ ਬੰਦਾ ਦੁਨੀਆਂ 'ਤੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਸਮਝ ਕੇ ਰੱਬ ਦੀ ਸਾਰੇ ਇੱਕ ਇਨਸਾਨ ਜਿੰਨੇ ਵੀ ਨੇ ਸਾਰੇ ਇੱਕ ਪਰਮਾਤਮਾ ਦੀ ਔਲਾਦ ਆਪਣੇ ਆਪ ਨੂੰ ਸਮਝਣ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਅਤੇ ਇਹ ਸਾਰੀ ਦੁਨੀਆ ਕੀ ਹੋ ਸਕਦੀ ਹੈ ਇਨਸਾਨਾਂ ਦੀ ਦੁਨੀਆ ਅੱਜ ਸਾਰੇ ਲੋਕ ਕਹੀ ਜਾਂਦੇ ਆ ਮੈਂ ਹਿੰਦੂ ਮੈਂ ਮੁਸਲਮਾਨ ਹਾਂ ਮੈਂ ਸਿੱਖ ਹਾਂ ਮੈਂ ਇਸਾਈ ਹਾਂ ਕਹੀ ਜਾਂਦੇ ਆ ਨਾ ਉਹਨਾਂ ਨੂੰ ਸਮਝ ਨਹੀਂ ਲੱਗੀ ਇਹ ਹੈ ਕੀ ਚੀਜ਼ਾਂ ਉਹਨਾਂ ਨੇ ਆਪਣੇ ਸਰੀਰਾਂ ਨੂੰ ਨਾਂ ਦਿੱਤੇ ਹੈ ਗੁਰੂ ਗੁਰਬਾਣੀ 'ਚ ਆਪਾਂ ਨੂੰ ਕਿਤੇ ਨਹੀਂ ਮਿਲਦਾ ਕਿ ਸਿੱਖ ਕਿਸੇ ਸਰੀਰ ਦਾ ਨਾਂ ਹੈ ਠੀਕ ਹੈ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ 'ਚੋਂ ਚੱਲੇ ਭਾਈ ਵਿਛੜ ਚੋਟਾਂ ਖਾਏ ਉਹੀ ਬੰਦਾ ਸਿੱਖ ਹੈ ਅਤੇ ਗੁਰੂ ਦਾ ਸਖਾ ਹੈ ਉਹਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਕਈ ਗੱਲ ਵਿੱਚ ਗੁਰੂ ਦੇ ਹੁਕਮ ਵਿੱਚ ਉਹਦੇ ਦੱਸੇ ਨਿਯਮ ਦੇ ਵਿੱਚ ਚੱਲਦਾ ਹੈ ਠੀਕ ਹੈ ਉਹੀ ਸਿੱਖ ਹੈ ਜਿਹੜਾ ਆਪਣੇ ਭਾਣੇ ਚੱਲਦਾ ਆਪਣੀ ਮਰਜ਼ੀ ਨਾਲ ਚੱਲਦਾ ਆਪਣੇ ਹੁਕਮ 'ਚ ਚੱਲਦਾ ਉਹ ਗੁਰੂ ਨਾਲੋਂ ਵਿਛੜ ਜਾਂਦਾ ਮਤਲਬ ਕਿ ਗੁਰੂ ਦੇ ਵਿਚਾਰ ਨਾਲੋਂ ਗੁਰੂ ਦੀ ਗੱਲ ਨਾਲੋਂ ਗੁਰੂ ਦੀਆਂ ਦਿੱਤੀਆਂ ਆਦਤਾਂ ਗੁਰਾਂ ਗੁਰੂ ਦੇ ਨਾਲੋਂ ਵਿਛੜ ਕੇ ਚੋਟਾਂ ਖਾਂਦਾ ਬੁਰੇ ਕੰਮ ਭੋਗਦਾ ਦੁਨੀਆਂ 'ਤੇ ਹਮੇਸ਼ਾ ਬੁਰਾ ਹੀ ਕਰਦਾ ਆਪਣਾ ਵੀ ਨੁਕਸਾਨ ਕਰਦਾ ਅਤੇ ਲੋਕਾਂ ਦਾ ਵੀ ਠੀਕ ਹੈ ਮਿੱਤਰ ਕਹੀਆਂ ਨਾਨਕਾ ਉਹਨਾਂ ਦੀ ਜ਼ਮੀਰ ਮਰੀ ਹੁੰਦੀ ਹੈ ਜਿਨ੍ਹਾਂ ਦਾ ਪਿਆਰ ਰੱਬ ਦੇ ਨਾਲ ਨਹੀਂ ਹੁੰਦਾ ਠੀਕ ਹੈ ਅੱਜ ਦੇ ਸਲੋਕ ਦਾ ਹਾਂਜੀ
ਕੋਈ ਉਹ ਬਾਅਦ 'ਚ ਪੀੜ ਲੱਗਣਾ ਸੈਸ ਤੋਂ ਬਾਅਦ ਅੱਧੀ ਛੁੱਟੀ ਤੋਂ ਬਾਅਦ ਪੀੜ ਲੱਗਣਾ ਠੀਕ ਹੈ ਅਤੇ ਬਾਅਦ 'ਚ ਵੀਰ ਜੀ ਲਾਉਣਗੇ ਦੂਜੇ ਕਲਾਸ ਫੇਅਰ ਫੋਨ ਲੱਗੇ ਠੀਕ ਰਾਜੋ ਬੱਚੋ ਠੀਕ ਹੈ ਬੱਚੋ ਅਸਲ ਵਿੱਚ ਜਿਹੜਾ ਬੰਦਾ ਰੱਬ ਨੇ ਦਿੱਤੀਆਂ ਚੀਜ਼ਾਂ ਨਾਲ ਆਹ ਇੱਧਰ ਦੇਖੋ ਰੱਬ ਨੇ ਧਰਤੀ ਵੀ ਬਣਾਈ ਹੈ ਆਸਮਾਨ ਬਣਾਇਆ ਬਣਾਇਆ ਨਾ ਰੱਬ ਨੇ ਆਕਾਸ਼ ਦੇ ਵਿੱਚ ਤਾਰੇ ਦਿੱਤੇ ਸੋਹਣੇ ਸੋਹਣੇ ਚੰਦਰਮਾ ਸੂਰਜ ਧਰਤੀ ਉੱਤੇ ਕਿੰਨੇ ਸੋਹਣੇ ਸੋਹਣੇ ਜਾਨਵਰ ਪਸ਼ੂ ਪੰਛੀ ਕੀੜੇ ਰੇਂਗਣ ਵਾਲੇ ਤੁਰਨ ਵਾਲੇ ਪਾਣੀ 'ਚ ਰਹਿਣ ਵਾਲੀਆਂ ਮੱਛੀਆਂ ਹੋਰ ਜਾਨਵਰ ਜਿਹੜੇ ਪਾਣੀ 'ਚ ਰਹਿੰਦੇ ਰੱਬ ਨੇ ਬਣਾਏ ਨਾ ਚੰਗੇ ਬਣਾਏ ਨਾ ਸਾਰੇ ਕਿ ਨਹੀਂ ਮਾੜਾ ਤਾਂ ਨਹੀਂ ਜੋ ਤੁਹਾਨੂੰ ਕੋਈ ਲੱਗਦਾ ਕੋਈ ਚੀਜ਼ ਮਾੜੀ ਹੋਵੇ ਚੰਗੀ ਹੈ ਨਾ ਸਾਰੀ ਚੀਜ਼ ਬਸ ਰੱਬ ਨੇ ਨਾ ਸਾਨੂੰ ਸਾਰੇ ਇਨਸਾਨਾਂ ਨੂੰ ਇੱਕ ਨਾ ਦੁਨੀਆਂ ਦਾ ਰਾਜਾ ਬਣਾਇਆ ਵਾ ਇੱਕ ਅੱਗੇ ਅਗਵਾਈ ਕਰਨ ਵਾਲਾ ਬੰਦਾ ਬਣਾਇਆ ਕਿ ਤੁਸੀਂ ਇਹ ਸਾਰੇ ਸੰਸਾਰ ਨੂੰ ਇੱਕ ਇਨਸਾਨ ਨੇ ਸਾਂਭਣਾ ਇੱਕ ਇਨਸਾਨ ਹੀ ਸਾਰੀ ਦੁਨੀਆਂ ਉੱਤੇ ਕੁਛ ਚੰਗਾ ਬਣਾ ਸਕਦਾ ਅਤੇ ਉਹੀ ਸਾਰਾ ਕੁਛ ਵਿਗਾੜ ਵੀ ਸਕਦਾ ਠੀਕ ਹੈ ਬੱਚਿਓ ਰੱਬ ਦੇ ਬਣਾਏ ਸਾਰੇ ਜੀਵ ਜੰਤੂਆਂ ਨਾਲ ਉਹਦੀ ਕੁਦਰਤ ਦੇ ਨਾਲ ਆਪਣੇ ਸਰੀਰ ਦੇ ਹਰੇਕ ਅੰਗ ਨਾਲ ਆਪਣੇ ਆਪ ਨਾਲ ਅਤੇ ਦੂਜੇ ਲੋਕਾਂ ਨਾਲ ਪਿਆਰ ਕਰਨਾ ਹੀ ਰੱਬ ਦੇ ਨਾਲ ਪਿਆਰ ਕਰਨਾ ਠੀਕ ਹੈ ਬੰਦਾ ਅਮੀਰ ਹੋਵੇ ਬੜਾ ਸੋਹਣਾ ਹੋਵੇ ਸਾਰਾ ਕੁਛ ਹੋਵੇ ਉਹਦੇ ਕੋਲ ਪਰ ਜੇ ਉਹਦੀ ਜ਼ਿੰਦਗੀ ਵਿੱਚ ਦਇਆ ਧਰਮ ਸੰਤੋਖ ਇਹੋ ਜਿਹੇ ਗੁਣ ਨਹੀਂ ਨਾ ਹੈਗੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਨਹੀਂ ਕਰ ਸਕਦਾ ਸਾਰਿਆਂ ਨਾਲ ਨਫ਼ਰਤ ਕਰਦਾ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਉਹਦਾ ਰੱਬ ਨਾਲ ਕਦੀ ਪਿਆਰ ਨਹੀਂ ਪੈ ਸਕਦਾ ਉਹ ਰੱਬ ਨੂੰ ਜਾਣ ਨਹੀਂ ਸਕਦਾ ਕਿ ਰੱਬ ਕੀ ਚੀਜ਼ ਹੈ ਠੀਕ ਹੈ ਅੱਜ ਦੇ ਤੋਂ ਸਿਰਫ ਇੰਨਾ ਜੀ ਠੀਕ ਹੈ ਅਤੇ ਜਿੰਨੀਆਂ ਵੀ ਗੱਲਾਂ ਆਪਾਂ ਗੁਰਬਾਣੀ 'ਚੋਂ ਸਿੱਖਦੇ ਹਾਂ ਇਹ ਸੁਣ ਕੇ ਇੱਥੇ ਨਹੀਂ ਛੱਡ ਜਾਣੀਆਂ ਸੁਣ ਕੇ ਇੱਥੇ ਨਹੀਂ ਛੱਡ ਕੇ ਜਾਣੀਆਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਰਤ ਕੇ ਦੇਖਣਾ ਕਿ ਇਹ ਗੱਲਾਂ ਸਹੀ ਵੀ ਹੈ ਕਿ ਨਹੀਂ ਠੀਕ ਹੈ ਆਪ ਸਮਝਣਾ ਇਹ ਗੱਲਾਂ ਠੀਕ ਹੈ ਬੱਚਿਓ ਬਸ ਅੱਜ ਇੰਨਾ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ